ਮੇਰੇ ਕੋਲ ਹੋਰ ਕੁਛ ਨਹੀਂ ਹੈਗਾ ਕਿਸਾਨਾਂ ਨੂੰ ਦੇਣ ਲਈ ਤੇ ਮੈਂ ਮੇਰੇ ਕੋਲ ਇੱਕੋ ਹੀ ਵਾਰ ਸੀ ਕਿ ਮੈਂ ਉਹ ਵਾਪਸ ਕਰਤਾ ਬਾਦਲ ਸਾਹਿਬ ਮੈਨੂੰ ਐਂ ਲੱਗਦਾ ਕਿ ਜੇ ਤੁਸੀਂ ਅੱਜ ਇੱਥੇ ਆ ਕੇ ਬੈਠ ਵੀ ਜਾਓ ਖੁਦਾ ਨਾ ਖਾਸਤਾ ਤੁਸੀਂ ਇਸ ਦਿਵਸ ਤੁਹਾਡੀ ਮੌਤ ਵੀ ਹੋ ਜਾਵੇ ਲੜਾਈ ਦੇ ਵਿੱਚ ਤਾਂ ਵੀ ਲੋਕ ਤੁਹਾਡੇ 'ਤੇ ਯਕੀਨ ਨਹੀਂ ਕਰਨਗੇ ਕਿਉਂਕਿ ਤੁਸੀਂ ਉਹ ਆ ਜਿਨ੍ਹਾਂ ਨੇ ਇਹਨਾਂ ਨੂੰ ਸੰਘੀਆਂ ਨੂੰ ਸਾਡੇ ਪੰਜਾਬ ਦੇ ਵਿੱਚ ਵਾੜਿਆ ਢਾਈ ਮਹੀਨੇ ਪਹਿਲਾਂ ਨੇ ਤੁਹਾਡਾ ਬਿਆਨ ਆਇਆ ਹੋਇਆ ਵੀਡੀਓ ਵੀ ਆਈ ਹੋਈ ਹੈ ਕਿ ਇਹ ਕਾਨੂੰਨ ਨੇ ਜਿਹੜੇ ਇਹ ਜਿਹੜੇ ਆਰਡੀਨੈਂਸ ਨੇ ਕਿਸਾਨਾਂ ਦੇ ਹੱਕ ਦੇ ਹੁਣ ਤੁਸੀਂ ਇੱਕਦਮ ਹੀ ਬਦਲ ਗਏ ਕਿ ਮੈਂ ਆਪਣਾ ਵਾਰ ਹੁਣ ਮੈਨੂੰ ਲੱਗਦਾ ਲੋਕ ਤੁਹਾਡੀਆਂ ਗੱਲਾਂ 'ਚ ਨਹੀਂ ਆਉਣਗੇ ਇਹ ਹੁਣ ਤੁਹਾਡਾ ਉਹ ਵੇਲੋਂ ਸੁੰਝੀ ਡੂਮਣੀ ਹੈ ਟੋਲੇ ਆਲ ਪਤਾਲ ਉਹ ਗੱਲ ਹੈ ਕਿ ਹੁਣ ਤੁਹਾਡੇ ਪੱਲੇ ਕੁਛ ਰਿਹਾ ਨਹੀਂ ਹੈਗਾ ਹੁਣ ਤਾਂ ਸਾਡੀ ਐਂ ਸਿਰ ਧੜਦੀ ਲੱਗੀ ਹੋਈ ਹੈ ਜਾਂ ਉਸ ਪਾਸੇ ਜਾਂ ਉਸ ਪਾਸੇ ਕਰਕੇ ਜਾਵਾਂਗੇ ਭਰਾ ਕੰਮ ਜਿਹੜਾ ਤੁਸੀਂ ਕਦੀ ਬੈਠੋ ਵੀ ਆਉਣਾ ਆਮਨੇ ਆ ਕੱਲ੍ਹ ਉਹਨੇ ਆਹ ਨਾ ਮੇਰਾ ਵੀਰ ਚਲੋ ਮੈਂ ਉਹਨੂੰ ਬੇਨਤੀ ਕਰਦਾ ਆਪੋ ਆਪਣੇ ਜਿਵੇਂ ਵੋਟਾਂ ਵੇਲੇ ਸੁਨੇਹੇ ਲਾਉਂਦੇ ਸੀ ਨਾ 17 ਵੇਲੇ ਵੀ ਇਹਨੂੰ ਵੋਟ ਪਾਓ ਐਂ ਪਾਓ ਐਂ ਕਰੋ ਆ ਕੇ ਉੱਥੋਂ ਤੁਸੀਂ ਬਾਹਰਲੇ ਮੁਲਕਾਂ ਦੇ ਉੱਤੇ ਮਿਹਨਤ ਵੀ ਕੀਤੀ ਫੰਡ ਵੀ ਭੇਜਿਆ ਹੁਣ ਉਸ ਤਰ੍ਹਾਂ ਲੋਕਾਂ ਨੂੰ ਤੋਰੋ ਕਿ ਹੁਣ ਯਾਰ ਵਕਤ ਨਹੀਂ ਹੈਗਾ ਇੱਥੋਂ ਜੇ ਅਸੀਂ ਖੁੰਝ ਗਏ ਨਾ ਤਾਂ ਯਾਦ ਰੱਖੋ ਅਸੀਂ ਬਹੁਤ ਪਛਤਾਵਾਂਗੇ ਅਤੇ ਬਹੁਤ ਵੱਡਾ ਘਾਟਾ ਖਾਵਾਂਗੇ ਪੰਜਾਬ ਦੇ ਬੇਕਸੂਰ ਮੁੰਡਿਆਂ ਨੂੰ ਚੱਕ ਚੱਕ ਕੇ ਝੂਠੇ ਮੁਕਾਬਲੇ ਬਣਾ ਬਣਾ ਮਾਰਦੇ ਨੇ ਉਹ ਕੇ ਪੀ ਐਸ ਕਰ ਜਾਣੀਆਂ ਸਾਡੀਆਂ ਮਾਵਾਂ ਭੈਣਾਂ ਨੂੰ ਥਾਣਾ ਦੇ ਵਿੱਚ ਕਰਕੇ ਉਹਨਾਂ ਦੇ ਉੱਤੇ ਉਹਨਾਂ ਦੇ ਪਿਓ ਨੂੰ ਜਾਂ ਭਰਾ ਨੂੰ ਉਹ ਜ਼ੁਲਮ ਸਾਡੀ ਕੌਮ 'ਤੇ ਸਾਡੇ ਲੋਕਾਂ 'ਤੇ ਹੋਇਆ ਅਤੇ ਤੁਸੀਂ ਉਹਨਾਂ ਨਾਲ ਕਹਿੰਦੇ ਰਹੇ ਆ ਕਿ ਤੁਸੀਂ ਰੋਟੀ ਖਾਂਦੇ ਰਹੇ ਆ ਉਹਨਾਂ ਨਾਲ ਤੁਹਾਡੀ ਸਾਂਝ ਰਹੀ ਹੈ ਉਸ ਦਿਨ ਤੋਂ ਹੀ ਉਸ ਦਿਨ ਤੋਂ ਹੀ ਮੇਰੇ ਤਾਂ ਭਰਾਵੋ ਦਿਲੋਂ ਰੰਧਾਵਾ ਮਾਨ ਉੱਤਰ ਗਿਆ ਸੀਗਾ ਆਪਣੇ ਨਾਲ ਖੜੇ ਇਸ ਜੰਗ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਖੜੇ ਹੋਏ ਕਿਸੇ ਵੀ ਭਰਾ ਦੇ ਨਾਲ ਚਾਹੇ ਉਹ ਮੁਸਲਮਾਨ ਹੈ ਚਾਹੇ ਹਿੰਦੂ ਆ ਚਾਹੇ ਉਹ ਸਿੱਖ ਆ ਉਹਦੇ ਨਾਲ ਕਿਸ ਤਰ੍ਹਾਂ ਟੋਲ ਹੁੰਦੀ ਆ ਉਹਦੇ ਨਾਲ ਵੀ ਉਹਨੂੰ ਗਾਲਾਂ ਕੱਢੀਆਂ ਜਾਂਦਾ ਉਹ ਤਾਂ ਉਹਦੇ ਨਾਲ ਖੜ ਜਾਓ ਆ ਉੱਥੇ ਨਾ ਸੋਚਿਆ ਕਰੋ ਮੇਰਾ ਫਲਾਨਾ ਹੈ ਤੇ ਮੁਕਾ ਨਹੀਂ ਅੱਜ ਉਹ ਸੋਚਣ ਦੀ ਲੋੜ ਹੈ ਨਹੀਂ ਵਾਰ ਵਾਰ ਤੁਹਾਨੂੰ ਬੇਨਤੀ ਕਰਦੇ ਹਾਂ ਨਹੀਂ ਯਾਦ ਰੱਖਿਓ ਅੰਦਰ ਵੜ ਕੇ ਅੱਖਾਂ 'ਚ ਘਸੁੰਡ ਦੇ ਰੋਇਆ ਕਰੋਗੇ ਕਿਉਂ ਉਦੋਂ ਕਿਉਂ ਨਾ ਗਏ ਜਾ ਵੜਦੇ ਤਾਂ ਆਪਣਾ ਹੱਲ ਹੋ ਜਾਂਦਾ ਉਦੋਂ ਰੋਇਆ ਪਛਤਾਇਆ ਕੱਖ ਵੀ ਸਾਡਾ ਬਣਨਾ ਭਰਾਵੋ ਐਵੇਂ ਹਿੱਲ ਜੁੱਲ ਨਾ ਕਰਿਆ ਕਰੋ ਫੋਰਸ ਆਉਂਦੀ ਆ ਚੜ੍ਹਾ ਦੇ ਯਾਰ ਅਸੀਂ ਕਹਿੰਦੇ ਮੇਰੀ ਗੱਲ ਸੁਣਦਾ ਅੱਜ ਕਿਸਾਨ ਵੀ ਇਹੀ ਕਹਿ ਕੇ ਆਏ ਆ ਵੀ ਜੇ ਤੁਸੀਂ ਨਹੀਂ ਕਾਨੂੰਨ ਰੱਦ ਕਰਨੇ ਤਾਂ ਸਾਡੇ ਫਿਰ ਡਾਂਗਾਂ ਮਾਰ ਦਿਓ ਗੋਲੀਆਂ ਮਾਰ ਦਿਓ ਇਹੀ ਆ ਨਾ ਫਿਰ ਜੇ ਇਹ ਮਾਰਨ 'ਤੇ ਆਉਣਗੇ ਤਾਂ ਮਾਰ ਦੇਣ ਕੋਈ ਗੱਲ ਨਹੀਂ ਆ ਕੀ ਬਿਆਨ ਦਿੰਦੇ ਜੀ ਅੱਜ ਲੈ ਬਈ ਬੋਲ ਜੁੜ ਗਿਆ ਬੰਦਾ 300-400 ਜੁੜ ਗਿਆ ਚੱਲ ਅੱਜ ਜਿਹੜੀ ਮੀਟਿੰਗ ਸੀਗੀ ਜਥੇਬੰਦੀਆਂ ਦੀ ਸਰਕਾਰ ਦੇ ਨਾਲ ਉਹ ਤੁਸੀਂ ਤਕਰੀਬਨ ਮੈਨੂੰ ਲਾ ਸੁਣੀ ਲਈ ਹੋਣੀ ਆ ਸਾਰੀ ਗੱਲਬਾਤ ਮੇਰੀ ਕੁਛ ਖਾਨ ਆਗੂਆਂ ਨਾਲ ਗੱਲ ਹੋਈ ਹੈ ਜਿਹੜੇ ਮੀਟਿੰਗ ਦੇ ਵਿੱਚ ਗਏ ਆ ਉਹਨਾਂ ਨੇ ਵੀ ਕਿਹਾ ਵੀ ਅੱਜ ਪੂਰੀ ਜਿਹੜੀ ਡਾਂਗ ਆ ਉਹ ਅੰਦਰ ਖੜਕੀ ਆ ਪੂਰੇ ਗੱਲਾਂ ਬਾਤਾਂ ਜਿਹੜੀਆਂ ਪੂਰੀਆਂ ਉਹ ਢਿੱਲੀਆਂ ਨਹੀਂ ਹੋਈਆਂ ਪੂਰੀਆਂ ਕੜਾਕੇਦਾਰ ਗੱਲਾਂ ਹੋਈਆਂ ਨੇ ਅੱਜ ਦੋ ਟੁੱਕ ਫੈਸਲਾ ਕਿਸਾਨ ਕਰਕੇ ਆਏ ਨੇ ਕਿ ਜਾਂ ਕਸੂਮ ਜਿਹੜੇ ਕਾਨੂੰਨ ਨੇ ਉਹ ਵਾਪਸ ਕਰੋ ਰੱਦ ਕਰੋ ਅਤੇ ਜਾਂ ਫਿਰ ਤੁਸੀਂ ਜਿਹੜਾ ਕਰਨਾ ਚਾਹੁੰਦੇ ਹੋ ਕੋਈ ਡਾਂਗਾਂ ਮਾਰਨੀਆਂ ਚਾਹੁੰਦੇ ਹੋ ਗੋਲੀਆਂ ਚਲਾਉਣੀਆਂ ਚਾਹੁੰਦੇ ਹੋ ਉਹ ਤੁਹਾਡੀ ਮਰਜ਼ੀ ਉਹਦੇ ਲਈ ਅਸੀਂ ਤਿਆਰ ਹਾਂ ਤਾਂ ਮੈਂ ਗੱਲ ਇਹ ਕਹਿਣੀ ਚਾਹੁੰਦਾ ਕਿ ਯਾਰ ਜਿਸ ਤਰੀਕੇ ਦੇ ਨਾਲ ਸਾਡੇ ਲੋਕਾਂ ਨੂੰ ਆਉਣਾ ਚਾਹੀਦਾ ਹਲੇ ਉਸ ਤਰੀਕੇ ਨਾਲ ਉਸ ਹਿਸਾਬ ਦੇ ਨਾਲ ਪੰਜਾਬ ਅਤੇ ਹਰਿਆਣਾ ਨਹੀਂ ਆਏ ਹੁਣ ਤੁਰੇ ਹੋਏ ਨੇ ਆ ਵੀ ਰਹੇ ਨੇ ਪਰ ਜਿਸ ਹਿਸਾਬ ਦੇ ਨਾਲ ਮੈਨੂੰ ਲੱਗਦਾ ਕਿ ਘੱਟੋ ਘੱਟ ਮੈਂ ਮੰਨਦਾ ਕਿ ਜੇ ਅਸੀਂ ਦਿੱਲੀ ਦੇ ਵਿੱਚ 20 ਲੱਖ ਬੰਦਾ ਵੀ ਇੱਥੇ ਆ ਕੇ ਉਤਰ ਜਾਈਏ ਤਾਂ ਇਹਨਾਂ ਨੂੰ ਦੂਜੇ ਦਿਨ ਕੋਈ ਫੈਸਲਾ ਲੈਣਾ ਪੈ ਜਾਊਗਾ ਵੀ ਹਾਂ ਭਾਈ ਅਸੀਂ ਕਾਨੂੰਨ ਰੱਦ ਕਰਦੇ ਹਾਂ ਹਲੇ ਵੀ ਆਪਾਂ ਨੂੰ ਜੋ ਕੇ ਦੇਖ ਰਹੇ ਆ ਹੁਣ ਆਪਾਂ ਇੱਕ ਗੱਲ ਤਾਂ ਦੇਖੋ ਇਹ ਉਹ ਗੱਲ ਆ ਵੀ ਗੱਲ ਅੜੀ 'ਤੇ ਆ ਗਈ ਆ ਆਪਾਂ ਅੜ ਭੰਨਣੀ ਆ ਜੇ ਦਿੱਲੀ ਦੀ ਅਤੇ ਅੜ ਭੰਨ ਕੇ ਜਾਣੀ ਹੈ ਧੌਣ 'ਚੋਂ ਕਿੱਲਾ ਕੱਢ ਕੇ ਜਾਣਾ ਦਿੱਲੀ ਦੇ ਉਦੂ ਬਿਨਾਂ ਦਿੱਲੀ ਤੋਂ ਆਪਾਂ ਜਾਣਾ ਨਹੀਂ ਹੈਗਾ ਅਤੇ ਇਹਦੇ ਲਈ ਆਪਾਂ ਨੂੰ ਤਾਕਤ ਆਪਣੀ ਗਿਣਤੀ ਹੈ ਜਿਹੜੀ ਉਹ ਵੱਡੀ ਕਰਨ ਦੀ ਲੋੜ ਆ ਸੋ ਮੈਂ ਮੇਰਾ ਵੀਰਾਂ ਨੂੰ ਬੇਨਤੀ ਕਰਦਾ ਵੀ ਆ ਜਿਹੜੇ ਹਲੇ ਵੀ ਬੈਠੇ ਪਿੰਡਾਂ ਦੇ ਵਿੱਚ ਸੋਚੀ ਜਾਂਦੇ ਆ ਕਿ ਕੋਈ ਗੱਲ ਨਹੀਂ ਅੱਜ ਚੱਲਦੇ ਹਾਂ ਕੱਲ੍ਹ ਚੱਲਦੇ ਹਾਂ ਹਲੇ ਕੀ ਹੈ ਕਮਾਲ ਹੋਈ ਪਈ ਆ ਯਾਰ ਦੇਖੋ ਜੇ ਅੱਜ ਤੁਸੀਂ ਨਹੀਂ ਆ ਸਕਦੇ ਜਾਂ ਅੱਜ ਨਹੀਂ ਆਉਣਾ ਚਾਹੁੰਦੇ ਜਾਂ ਅੱਜ ਨਾ ਆਏ ਤਾਂ ਮੈਨੂੰ ਲੱਗਦਾ ਫਿਰ ਤੁਹਾਡੇ ਕੋਲ ਸਮਾਂ ਨਹੀਂ ਬਚਣਾ ਪੰਜਾਬ ਨੇ ਤਬਾਹ ਹੋਣਾ ਬਰਬਾਦ ਹੋਣਾ ਇੱਥੋਂ ਗੱਲ ਇੱਕ ਯਾਦ ਰੱਖਿਓ ਇੱਥੋਂ ਇੱਕ ਗੱਲ ਤੈਅ ਹੋਣੀ ਹੈ ਜੇ ਆਪਾਂ ਜਿੱਤ ਗਏ ਆਪਾਂ ਇਹਨਾਂ ਦੀ ਅੜਭੰਨਤੀ ਆਪਾਂ ਪਿੱਛੇ ਧੱਕਤੇ
ਤਾਂ ਇਹਨਾਂ ਦੀ ਹਿੰਮਤ ਨਹੀਂ ਹੈਗੀ, ਇਹਨਾਂ ਦੀ ਔਕਾਤ ਨਹੀਂ ਹੈਗੀ, ਆਉਣ ਵਾਲੇ 50 ਸਾਲ 100 ਸਾਲ ਆਪਣੇ ਵੱਲ ਝਾਕ ਜਾਣ। ਜੇ ਆਪਾਂ ਨੂੰ ਇੱਥੋਂ ਇਹ ਪਿੱਛੇ ਕਰ ਗਏ, ਆਪਾਂ ਨੂੰ ਉੱਤੋਂ ਵੀ ਹੋ ਗਏ, ਇਹ ਕਾਨੂੰਨਾਂ ਨੂੰ ਆਪਾਂ ਨਾ ਰੱਦ ਕਰਾ ਸਕੇ, ਤਾਂ ਯਾਦ ਰੱਖਿਓ ਆਉਣ ਵਾਲੇ 5-7 ਸਾਲਾਂ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਕਾਲੇ ਕਾਨੂੰਨ ਅਤੇ ਕਿਹੜਾ ਕਿਹੜਾ ਜ਼ੁਲਮ ਇਹਨਾਂ ਨੇ ਉਹ ਆਪਣੇ 'ਤੇ ਕਰਨਾ। ਇਹ ਗੱਲ ਹੁਣ ਆਪਣੇ 'ਤੇ ਤੈਅ ਕਰਦੀ ਆ, ਆਪਣੇ ਨਿਰਭਰ ਕਰਦੀ ਆ। ਆਪਾਂ ਤੈਅ ਕਰਨੀ ਹੈ ਕਿ ਆਪਾਂ ਘਰਾਂ 'ਚ ਬੈਠੇ ਰਹਿਣਾ, ਹਾਲੇ ਨਿਕਲਣਾ ਕਿ ਨਹੀਂ ਨਿਕਲਣਾ। ਕਮਾਲ ਹੋਈ ਪਈ ਹੈ, ਹਾਹਾਕਾਰ ਪੂਰੀ ਦੁਨੀਆ 'ਚ ਮੱਚੀ ਪਈ ਆ, ਅਮਰੀਕਾ 'ਚ, ਕਨੇਡਾ 'ਚ, ਇੰਗਲੈਂਡ 'ਚ, ਥਾਂ ਥਾਂ ਮੁਜ਼ਾਹਰੇ ਹੋ ਰਹੇ ਨੇ, ਥਾਂ ਥਾਂ ਪੰਜਾਬੀ ਜਿਹੜੇ ਬਾਹਰ ਸੜਕਾਂ 'ਤੇ ਨਿਕਲੇ ਹੋਏ ਨੇ। ਅੰਦਰੋਂ ਪੰਜਾਬ ਵਾਲੇ ਉਹ 2 ਘੰਟਿਆਂ ਦੀ ਵਾਟ ਆ ਦਿੱਲੀ, ਇੱਥੋਂ ਨਹੀਂ ਉੱਠ ਕੇ ਤੁਸੀਂ ਆ ਸਕੇ ਯਾਰ। ਹਲੇ ਵੀ ਉਸ ਹਿਸਾਬ ਦੇ ਨਾਲ ਆਪਣੀ ਘੱਟੋ ਘੱਟ 3 ਕਰੋੜ ਆਬਾਦੀ ਹੋਣੀ ਆ ਪੰਜਾਬ ਦੀ, 3 ਕਰੋੜ ਆਬਾਦੀ ਦੇ ਹਿਸਾਬ ਨਾਲ ਮੈਂ ਸਮਝਦਾ 20-25 ਲੱਖ ਬੰਦਾ ਦਿੱਲੀ ਵੜਨਾ ਚਾਹੀਦਾ। ਹਲੇ ਬੰਦਾ ਘੱਟੋ ਘੱਟ ਦਿੱਲੀ 3-4 ਲੱਖ ਬੰਦਾ ਹੀ ਹਲੇ ਦਿੱਲੀ ਹੈ, ਪੰਜਾਬ ਅਤੇ ਹਰਿਆਣੇ, ਯੂਪੀ, ਰਾਜਸਥਾਨ ਅਤੇ ਹੋਰ ਸੂਬਿਆਂ ਦਾ ਲਾ ਕੇ। ਸੋ ਮੇਰਾ ਵੀਰ, ਹਰ ਬੰਦੇ ਦਾ ਫਰਜ਼ ਆ, ਹਰ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ, ਹਰ ਬੰਦੇ ਦੀਆਂ ਰੋਜ਼ੀ ਰੋਟੀ ਨੇ ਮਰਨਾ। ਸੋ ਛੱਡ ਕੇ ਯਾਰ ਸਾਰੇ ਕੰਮ ਕਾਰ ਇੱਕ ਵਾਰੀ, ਹੁਣ ਆਪਾਂ ਸਾਰੇ ਭਰਾਵਾਂ ਨੂੰ ਬੇਨਤੀ ਆ, ਵਾਰ ਵਾਰ ਤੁਹਾਨੂੰ ਕੀ ਗੱਲਾਂ ਕਹੇ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ, ਇੱਥੇ ਕੋਈ ਕਮੀ ਨਹੀਂ। ਕਈ ਸੱਜਣ ਫੋਨ ਕਰਦੇ ਆ ਬਈ ਲੰਗਰ 'ਚ ਕੀ ਘਾਟ ਹੈ, ਕੀ ਕਮੀ ਆ, ਅਸੀਂ ਲੈ ਕੇ ਆਉਣਾ। ਕੋਈ ਕਿਸੇ ਪ੍ਰਕਾਰ ਦੀ ਕਮੀ ਨਹੀਂ, ਲਹਿਰਾਂ ਬਹਿਰਾਂ ਲੱਗੀਆਂ ਹੋਈਆਂ, ਤੜਕੇ ਤੋਂ ਲੈ ਕੇ ਇੱਥੇ ਖੀਰਾਂ ਚੱਲ ਰਹੀਆਂ ਨੇ, ਦਹੀਆਂ ਚੱਲ ਰਹੀਆਂ ਨੇ, ਬ੍ਰੈਡ, ਪਕੌੜੇ। ਮੈਂ ਕਹਿੰਦਾ ਯਾਰ ਕੋਈ ਚੀਜ਼ ਦੀ ਕਮੀ ਨਹੀਂ, ਬਦਾਮਾਂ ਦੇ ਵੀ ਲੰਗਰ ਇੱਥੇ ਲੱਗ ਗਏ ਆ। ਅੱਜ ਤੜਕੇ ਮੁੰਡਿਆਂ ਨੇ ਕੋਈ ਪੰਜਾਬ ਤੋਂ ਆਏ ਸੀ, ਜਿਹੜੇ ਕੋਕਾ ਕੋਲਾ, ਇਹਨਾਂ ਦਾ ਵੀ ਲੰਗਰ ਲਾਇਆ। ਜਾਣੀ ਕੋਈ ਕਿਸੇ ਵੀ ਚੀਜ਼ ਦੀ ਇਸ ਇੱਥੇ ਕਮੀ ਨਹੀਂ ਇਸ ਵਕਤ ਹੈਗੀ, ਕਿ ਕੋਈ ਚੀਜ਼ ਇਸ ਵਕਤ ਮੈਨੂੰ ਲੱਗਦਾ ਜਿਹੜੇ ਭਰਾ ਕਹਿੰਦੇ ਆ ਕੋਈ ਗੱਲ ਨਹੀਂ, ਜਦੋਂ ਲੋੜ ਪਊ ਉਦੋਂ ਲੈ ਆਓ, ਫਿਲਹਾਲ ਕੋਈ ਚੀਜ਼ ਆਪਾਂ ਨੂੰ ਨਹੀਂ ਇੱਥੇ ਜ਼ਰੂਰਤ। ਜਿੱਧਰ ਅਸੀਂ ਬੈਠੇ ਹਾਂ, ਸਿੰਘੂ ਬਾਰਡਰ ਦੀ ਮੈਂ ਗੱਲ ਕਰ ਰਿਹਾ, ਦੂਜੇ ਪਾਸੇ ਜਿਹੜਾ ਟਿਕਰੀ ਹੈ ਨਾ, ਟਿਕਰੀ ਬਾਰਡਰ ਦੇ ਉੱਤੇ, ਟਿਕਰੀ ਵਾਲੇ ਪਾਸੇ ਜੇ ਕੋਈ ਲੋੜ ਹੈਗੀ ਆ, ਉੱਧਰ ਵਾਲਾ ਲੋੜ ਹਲੇ ਹੈਗੀ ਆ, ਜੇ ਉੱਧਰ ਵੀ ਤੁਸੀਂ ਲਿਜਾਣਾ ਚਾਹੁੰਦੇ ਤਾਂ ਉੱਧਰ ਆਪਣਾ ਜਿਹੜਾ ਸਮਾਨ ਆ ਕੋਈ ਲਿਜਾ ਸਕਦੇ ਆ। ਬਾਈ, ਇੱਕ ਜਿਹੜਾ ਬਾਦਲ ਨੇ ਉਹ ਕੀਤਾ ਗਾ ਅਵਾਰਡ ਮੋੜਿਆ, ਉਹਦੇ ਬਾਰੇ ਦੇਖੋ ਬਾਦਲ ਸਾਹਿਬ, ਤੁਸੀਂ ਕਿਹਾ ਕਿ, ਮੈਂ ਵੀ ਬਿਆਨ ਪੜ੍ਹ ਰਿਹਾ ਸੀ ਰੰਧਾਵੇ ਅੱਜ, ਕਿ ਬਾਦਲ ਸਾਹਿਬ ਨੇ ਕਿਹਾ ਕਿ ਮੈਂ, ਮੇਰੇ ਕੋਲ ਹੋਰ ਕੁਛ ਨਹੀਂ ਹੈਗਾ ਕਿਸਾਨਾਂ ਨੂੰ ਦੇਣ ਲਈ, ਅਤੇ ਮੈਂ, ਮੇਰੇ ਕੋਲ ਇੱਕੋ ਹੀ ਵਾਰਡ ਸੀ ਕਿ ਮੈਂ ਉਹ ਵਾਪਸ ਕਰਤਾ। ਬਾਦਲ ਸਾਹਿਬ, ਮੈਨੂੰ ਐਂ ਲੱਗਦਾ ਕਿ ਜੇ ਤੁਸੀਂ ਅੱਜ ਇੱਥੇ ਆ ਕੇ ਬੈਠ ਵੀ ਜਾਓ, ਖੁਦਾ ਨਾ ਖਾਸ ਤਾਂ ਤੁਸੀਂ ਇਸ ਦਿਵਸ ਤੁਹਾਡੀ ਮੌਤ ਵੀ ਹੋ ਜਾਵੇ ਇਸ ਲੜਾਈ ਦੇ ਵਿੱਚ, ਤਾਂ ਵੀ ਲੋਕ ਤੁਹਾਡੇ 'ਤੇ ਯਕੀਨ ਨਹੀਂ ਕਰਨਗੇ ਯਾਰ, ਕਿਉਂਕਿ ਤੁਸੀਂ ਉਹ ਆ ਜਿਨ੍ਹਾਂ ਨੇ ਇਹਨਾਂ ਨੂੰ, ਸੰਘੀਆਂ ਨੂੰ ਸਾਡੇ ਪੰਜਾਬ ਦੇ ਵਿੱਚ ਵਾੜਿਆ, ਪੰਥ ਦੇ ਵਿੱਚ ਵਾੜਿਆ, ਸਾਡੀ ਕੌਮ ਦੀਆਂ ਜੜ੍ਹਾਂ ਦੇ ਵਿੱਚ ਦਾਤੀ ਤੁਸੀਂ ਪਵਾਈ ਇਹਨਾਂ ਲੋਕਾਂ ਤੋਂ, ਜਿਹੜੀ ਇਹਨਾਂ ਦੀ ਹਿੰਮਤ ਪਈ ਹੈ ਇੰਨੀ, ਇਹ ਤੁਹਾਡੀ ਵਜ੍ਹਾ ਕਰਕੇ, ਤੁਹਾਡੀ ਬਦੌਲਤ 'ਤੇ ਸਾਰਾ ਕੁਛ ਹੋਇਆ। ਜੇ ਤੁਸੀਂ ਇਹਨਾਂ ਨੂੰ ਸ਼ਹਿਰ ਨਾ ਦਿੰਦੇ, ਹੱਲਾਸ਼ੇਰੀਆਂ ਨਾ ਦਿੰਦੇ, ਨਾਲ ਨਾ ਲਾ ਕੇ ਚੱਲਦੇ, ਉਦੋਂ ਦਾ ਤੁਹਾਡਾ 9 ਮਾਸ ਦਾ ਰਸਤਾ ਸੀ, ਪਤੀ ਪਤਨੀ ਦਾ ਰਸਤਾ ਸੀ, ਇੱਕ ਸਮਾਂ ਤੁਸੀਂ ਆ ਬੜਾ ਸਮਾਂ ਨਹੀਂ, ਮਤਲਬ 2-2.5 ਮਹੀਨੇ ਪਹਿਲਾਂ ਦੇ ਤੁਹਾਡਾ ਬਿਆਨ ਆਇਆ ਹੋਇਆ, ਵੀਡੀਓ ਵੀ ਆਈ ਹੋਈ ਹੈ ਕਿ ਇਹ ਕਾਨੂੰਨ ਨੇ ਜਿਹੜੇ, ਇਹ ਜਿਹੜੇ ਆਰਡੀਨੈਂਸ ਨੇ ਕਿਸਾਨਾਂ ਦੇ ਹੱਕ 'ਚ ਨੇ, ਹੁਣ ਤੁਸੀਂ ਇੱਕਦਮ ਹੀ ਬਦਲ ਗਏ ਕਿ ਮੈਂ ਆਪਣਾ ਅਵਾਰਡ, ਹੁਣ ਮੈਨੂੰ ਲੱਗਦਾ ਲੋਕ ਤੁਹਾਡੀਆਂ ਗੱਲਾਂ 'ਚ ਨਹੀਂ ਆਉਣਗੇ, ਇਹ ਹੁਣ ਤੁਹਾਡਾ ਉਹ ਵੇਲਿਓਂ ਖੁੰਜੀ ਡੂਮਣੀ ਹੈ, ਟੋਲੇ ਆਲ ਪਤਾਲ, ਉਹ ਗੱਲ ਹੈ ਕਿ ਹੁਣ ਤੁਹਾਡੇ ਪੱਲੇ ਕੁਛ ਰਿਹਾ ਨਹੀਂ ਹੈਗਾ। ਬੰਦੇ ਭੇਜੋ ਵੱਧ ਤੋਂ ਵੱਧ। ਹਾਂ, ਉਹੀ ਸੋ ਕਹਿੰਦਾ ਕਿ ਯਾਰ ਬਾਈ ਭਰਾ, ਬਾਹਰਲਿਆਂ ਨੂੰ ਭਰਾ, ਤੁਹਾਡੀ ਇਹੀ ਬੇਨਤੀ ਆ, ਕੋਈ ਦੁੱਖੀ ਨਾ ਭੇਜੋ ਇੱਥੇ, ਆਪਣੇ ਪਿੰਡਾਂ 'ਚ ਪੈਸੇ ਭੇਜ ਕੇ ਉਹਨੂੰ ਕਹੋ ਯਾਰ ਭਰੇ 'ਚ ਬੈਠਾ ਹੀ ਕਰਦੇ ਆ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ, ਸੱਜਣਾ ਬੇਲੀਆਂ ਨੂੰ, ਪਿੰਡਾਂ ਵਾਲਿਆਂ ਨੂੰ, ਜੋ ਵੀ ਤੁਹਾਡੇ ਪਿੰਡਾਂ ਸੰਬੰਧ ਨੇ, ਉਹਨਾਂ ਨੂੰ ਇਹ ਕਹੋ ਘਰੇ ਬੈਠੇ ਹੀ ਕਰਦੇ ਆ ਯਾਰ। ਹੁਣ ਘਰੇ ਬੈਠਣ ਦਾ ਵੇਲਾ ਥੋੜ੍ਹੀ ਆ, ਹੁਣ ਤਾਂ ਸਾਡੀ ਐਂ ਸਿਰ ਧੜ ਦੀ ਲੱਗੀ ਹੋਈ ਹੈ, ਜਾਂ ਉਸ ਪਾਸੇ ਜਾਂ ਉਸ ਪਾਸੇ ਕਰਕੇ ਜਾਵਾਂਗੇ ਭਰਾ, ਕੰਮ ਜਿਹੜਾ ਤੁਸੀਂ ਕਰੀ ਬੈਠੋ ਵੀ ਹੁਣ ਆਮ ਨੇ ਆ, ਕੱਲ੍ਹ ਉਹਨੇ ਆਹ ਨਾ ਮੇਰਾ ਵੀਰ ਕਰੋ, ਮੈਂ ਉਹਨਾਂ ਨੂੰ ਬੇਨਤੀ ਕਰਦਾ, ਆਪੋ ਆਪਣੇ ਜਿਵੇਂ ਵੋਟਾਂ ਵੇਲੇ ਸੁਨੇਹੇ ਲਾਉਂਦੇ ਸੀ ਨਾ 17 ਵੇਲੇ, ਵੀ ਇਹਨੂੰ ਵੋਟ ਪਾਓ, ਐਂ ਪਾਓ, ਐਂ ਕਰੋ, ਆ ਕੇ ਉੱਥੋਂ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਹਮਾਇਤ ਵੀ ਕੀਤੀ, ਫੰਡ ਵੀ ਭੇਜਿਆ, ਹੁਣ ਉਸ ਤਰ੍ਹਾਂ ਲੋਕਾਂ ਨੂੰ ਤੋਰੋ ਕਿ ਹੁਣ ਯਾਰ ਵਕਤ ਨਹੀਂ ਹੈਗਾ। ਇੱਥੋਂ ਜੇ ਅਸੀਂ ਖੁੰਝ ਗਏ ਨਾ, ਤਾਂ ਯਾਦ ਰੱਖੋ ਅਸੀਂ ਬਹੁਤ ਪਛਤਾਵਾਂਗੇ ਅਤੇ ਬਹੁਤ ਵੱਡਾ ਘਾਟਾ ਖਾਵਾਂਗੇ। ਅਤੇ ਗੁਰਦਾਸ ਮਾਨ ਬਾਰੇ ਬਾਈ ਕੀ ਕਹਿਣਾ ਚਾਹੁੰਦੇ ਹੋ, ਅੱਜ ਬਿਆਨ ਆਇਆ ਗੁਰਦਾਸ ਮਾਨ ਦਾ, ਬਹੁਤ ਚਿਰ ਬਾਅਦ ਨੀਂਦ ਖੁੱਲੀ ਹੈ ਵੀ ਮੈਥੋਂ ਪੰਜਾਬੀ ਹੋਣ ਦਾ ਹੱਕ ਨਾ ਖੋਵੋ, ਗੁਰਦਾਸ ਮਾਨ ਦੀ ਨੀਂਦ ਖੁੱਲੀ ਅੱਜ, ਦੱਸੋ। ਸੋ ਮਾਨ ਸਾਹਿਬ, ਜਿਹੜੀ ਹੱਕ ਖੋਣ ਦੀ ਤੁਸੀਂ ਗੱਲ ਕੀਤੀ ਆ, ਹੱਕ ਤੁਸੀਂ ਉਸ ਦਿਨ ਹੀ ਮੈਨੂੰ ਲੱਗਦਾ ਗਵਾ ਲਿਆ ਸੀਗਾ, ਜਿੱਦੇ ਤੁਸੀਂ ਉੱਥੇ ਡੇਰੇ 'ਚ ਜਾ ਕੇ ਅਤੇ ਬੀੜੀਆਂ ਜਿਹੜੇ ਪੀਂਦੇ ਨੇ ਭੰਗ ਪੀਣ ਵਾਲਿਆਂ ਦੇ, ਉੱਥੇ ਸਾਡੀ ਜਵਾਨੀ ਨੂੰ ਉੱਧਰ ਨੂੰ ਲੈ ਤੁਰੇ ਸੀਗੇ, ਉਦੋਂ ਹੀ ਤੁਹਾਡਾ ਪਤਾ ਲੱਗ ਗਿਆ ਸੀਗਾ ਤੁਸੀਂ ਕਿੰਨਾ ਕੁ ਪੰਜਾਬ ਅਤੇ ਪੰਜਾਬ ਦੀ ਜਵਾਨੀ ਦੇ ਹਮਦਰਦ ਹੋ।
ਬਾਕੀ ਮੈਂ ਨਿੱਜੀ ਤੌਰ ਤੇ ਜੇ ਗੱਲ ਕਰਾਂ ਮਾਨ ਸਾਹਿਬ ਤੁਹਾਨੂੰ ਬੜਾ ਸਤਿਕਾਰ ਮਾਨ ਪਿਆਰ ਜਿਹੜਾ ਉਹ ਪੂਰੇ ਪੰਜਾਬ ਨੇ ਦਿੱਤਾ। ਬਾਬਾ ਬੋੜ ਤੁਸੀਂ ਕਹੇ ਗਏ ਪੰਜਾਬੀ ਮਾਂ ਬੋਲੀ ਦੇ ਲਈ ਤੁਸੀਂ ਬਹੁਤ, ਮੈਂ ਇਹ ਨਹੀਂ ਕਹਿਣਾ ਤੁਸੀਂ ਗਾਇਆ ਨਹੀਂ, ਬਹੁਤ ਗਾਇਆ, ਗੀਤ ਵੀ ਗਾਏ, ਚੰਗੇ ਵੀ ਗਾਏ, ਸਾਰੇ ਤਰ੍ਹਾਂ ਦੇ ਗਾਏ। ਪਰ ਜਦੋਂ ਮੈਂ ਨਿੱਜੀ ਗੱਲ ਕਰਦਾ ਬੜਾ ਤੁਹਾਨੂੰ ਸੁਣਦੇ ਸੀ, ਜਦੋਂ ਤੁਹਾਡੇ ਬਾਰੇ ਪਤਾ ਲੱਗਿਆ ਕਿ ਤੁਸੀਂ KPS ਗਿੱਲ ਦੇ ਨਾਲ ਤੁਹਾਡੀ ਯਾਰੀ ਰਹੀ ਹੈ, ਉਹ KPS ਗਿੱਲ ਜਿਹੜਾ ਪੰਜਾਬ ਦੇ ਬੇਕਸੂਰ ਮੁੰਡਿਆਂ ਨੂੰ ਚੱਕ ਚੱਕ ਕੇ ਝੂਠੇ ਮੁਕਾਬਲੇ ਬਣਾ ਬਣਾ ਮਾਰਦੇ ਰਹੇ, ਉਹ KPS ਗਿੱਲ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਨੂੰ ਥਾਣੇ ਦੇ ਵਿੱਚ ਕਰਕੇ ਉਹਨਾਂ ਦੇ ਉੱਤੇ ਉਹਨਾਂ ਦੇ ਪਿਓ ਨੂੰ ਜਾਂ ਭਰਾ ਨੂੰ, ਉਹ ਜ਼ੁਲਮ ਸਾਡੀ ਕੌਮ 'ਤੇ ਸਾਡੇ ਲੋਕਾਂ 'ਤੇ ਹੋਇਆ, ਅਤੇ ਤੁਸੀਂ ਉਹਨਾਂ ਨਾਲ ਕਹਿੰਦੇ ਰਹੇ ਆ ਕਿ ਤੁਸੀਂ ਰੋਟੀ ਖਾਂਦੇ ਰਹੇ ਆ, ਉਹਨਾਂ ਨਾਲ ਤੁਹਾਡੀ ਸਾਂਝ ਰਹੀ ਹੈ, ਉਸ ਦਿਲ ਤੋਂ ਹੀ ਉਸ ਦਿਨ ਤੋਂ ਹੀ ਮੇਰੇ ਦਾ ਭਰਾਵੋ ਦਿਲੋਂ ਰੰਧਾ ਪਿਆ ਮਾਨ ਉੱਤਰ ਗਿਆ ਸੀਗਾ। ਠੀਕ ਆ, ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗਿਆ, ਅਤੇ ਅੱਜ ਮਾਨ ਸਾਹਿਬ ਕਹਿੰਦੇ ਕਿ ਸਾਡੇ ਪੰਜਾਬੀ ਪੰਜਾਬੀਆਂ ਨੂੰ ਤੁਸੀਂ ਭਰਾਵੋ ਦਿੱਤਾ ਕੀ ਹੈ, ਤੁਸੀਂ ਕਹਿੰਦੇ ਪੰਜਾਬੀ ਹੋਣ ਦਾ ਹੱਕ ਨਾ ਖੋਹੋ, ਪੰਜਾਬ ਨੂੰ ਮਾਨ ਸਾਹਿਬ ਠੀਕ ਹੈ ਸੱਭਿਆਚਾਰ ਦੀ ਸੇਵਾ ਕੀਤੀ ਹੈ, ਗੀਤ ਗਾਏ ਆ, ਇਹ ਤੋਂ ਇਲਾਵਾ ਮੈਨੂੰ ਦੱਸ ਦਿਓ ਕਿ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਕਿਹੜੀ ਸੇਧ, ਉਹ ਸੇਧ ਵੀ ਆ ਜਾਓ ਡੇਰਿਆਂ ਜਿੱਥੇ ਭੰਗਾਂ ਚੱਲਦੀਆਂ ਅਤੇ ਜਿੱਥੇ ਚੱਲਦੀਆਂ ਬੀੜੀਆਂ। ਇਸ ਕਰਕੇ ਮੈਨੂੰ ਲੱਗਦਾ ਕਿ ਮਾਨ ਸਾਹਿਬ ਹੁਣ ਤੁਹਾਡੇ ਕੋਲੋਂ ਵੀ ਵਕਤ ਖੁੰਝ ਗਿਆ। ਬਾਕੀ ਕੁਦਰਤ ਰੰਧਾਵੇ ਬੜੀ ਬਾਈ ਸੁਖਵਿੰਦਰ, ਕੁਦਰਤ ਬੜੀ ਬਲਵਾਨ ਹੁੰਦੀ ਹੈ, ਬੰਦਾ ਬੰਦੇ ਤੋਂ ਲੁਕੋ ਸਕਦਾ, ਦੁਨੀਆਂ ਤੋਂ ਲੁਕੋ ਸਕਦਾ, ਜਦੋਂ ਕੁਦਰਤ ਬੰਦੇ ਨੂੰ ਨੰਗਾ ਕਰਨ ਤੇ ਆਉਂਦੀ ਹੈ ਨਾ, ਫਿਰ ਉਹ ਐਂ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ। ਉਹ ਬਹੁਤ ਬੰਦਿਆਂ ਨਾਲ ਹੋਈਆਂ, ਚਾਹੇ ਉਹ ਬਾਦਲ ਹੋਵੇ, ਅੱਜ ਬਾਦਲ ਦਾ ਵੀ ਖੀਰਲਾ ਸਮਾਂ ਜਿਹੜਾ ਉਹ ਮੈਨੂੰ ਲੱਗਦਾ ਉਹ ਇੰਨਾ ਬੱਤਰ ਹੈ, ਸਾਰੀ ਉਮਰ ਜਿਹੜੇ ਬੰਦੇ ਨੇ ਰਾਜ ਕੀਤਾ ਹੋਵੇ ਲੋਕਾਂ ਦੇ ਵਿੱਚ ਵੀ, ਉਹ ਵੀ ਹਰਮਨ ਪਿਆਰਾ ਸੀਗਾ, ਅੱਜ ਅਖੀਰਲੇ ਸਮੇਂ ਦੇ ਜਾ ਕੇ ਜਿਹੜੀ ਹਾਲਾਤ ਅੱਜ ਹਾਲਤ ਬਾਦਲ ਦੀ ਹੋ ਗਈ ਆ ਜਾਂ ਗੁਰਦਾਸ ਮਾਨ ਦੀ ਹੋ ਗਈ ਹੈ, ਇਹ ਕੁਦਰਤ ਦੇ ਰੰਗ ਹੁੰਦੇ ਆ। ਤੁਸੀਂ ਦੁਨੀਆਂ ਨੂੰ ਬਹੁਤ ਚਿਰ ਬੁੱਧੂ ਬਣਾ ਸਕਦੇ ਹੋ, ਲੋਕਾਂ ਨਾਲ ਧੋਖਾ ਕਰ ਸਕਦੇ ਹੋ, ਪਰ ਜਦੋਂ ਕੁਦਰਤ ਫਿਰ ਐਂ ਤੁਹਾਨੂੰ ਖੋਲਦੀ ਆ ਨਾ, ਉਦੋਂ ਫਿਰ ਉਹ ਸਾਰਾ ਕੁਛ ਸਾਹਮਣੇ ਕਰਕੇ ਰੱਖ ਦਿੰਦੀ ਆ, ਅਤੇ ਉਹੀ ਮੈਨੂੰ ਲੱਗਦਾ ਅੱਜ ਚਾਹੇ ਗੁਰਦਾਸ ਮਾਨ ਹੋਵੇ ਚਾਹੇ ਬਾਦਲ ਹੋਵੇ ਇਹਨਾਂ ਨਾਲ ਹੋਇਆ। ਇੱਕ ਬਾਈ ਦਲਜੀਤ, ਦਲਜੀਤ ਦੁਸਾਂਝ ਨੇ ਕੰਗਣਾ ਨੂੰ ਬੜੇ ਸੋਹਣੇ ਜਵਾਬ ਦਿੱਤੇ ਅੱਜ, ਦਲਜੀਤ ਪੱਗ ਬੰਨਦਾ ਉਹਨੂੰ ਆਪਾਂ ਆਉਣ ਨੂੰ ਇੱਥੇ ਸੋਚਦੇ ਸੀ ਵੀ ਉਹ ਵੀ ਆਊਗਾ, ਪਰ ਉਹਨੇ ਚੰਗਾ ਕੀਤਾ ਕੰਗਣਾ ਬਾਰੇ, ਉਹਦੇ ਉਹਦੇ ਲਈ ਵੀ ਬੋਲੋ, ਉਹਨੂੰ ਇੰਟਰਨੈਸ਼ਨਲ ਲੈਵਲ 'ਤੇ ਲੋਕ ਦੇਖਦੇ ਆ, ਬਾਲੀਵੁੱਡ ਹਾਲੀਵੁੱਡ ਸਾਰਾ ਉਹਨੂੰ ਦੇਖਦਾ। ਹਾਂ, ਇੱਕ ਨਾ ਆਪਣਾ ਗੋਰੇ, ਮੈਂ ਨਾ ਇੱਕ ਸਰਗੁਣ ਮਹਿਤਾ ਕੁੜੀ, ਹਾਂਜੀ ਹਾਂਜੀ, ਕਪਿਲ ਸ਼ਰਮਾ ਜਿਹੜਾ ਉਹ ਹਾਸੇ ਖੇਡੇ ਵਾਲਾ ਪ੍ਰੋਗਰਾਮ ਕਰਦਾ, ਹਾਂਜੀ ਹਾਂਜੀ, ਅਤੇ ਇੱਕ ਦਲਜੀਤ ਦੀ ਆਪਾਂ ਗੱਲ ਕਰੀਏ, ਦਲਜੀਤ ਦੀ ਬੜੀ ਜਿਹੜੀ ਟਵਿੱਟਰ ਦੇ ਉੱਤੇ ਬੜੀ ਜੰਗ ਚੱਲੀ ਹੋਈ ਹੈ ਨਾ, ਬਹੁਤ ਸੋਹਣੇ ਜਵਾਬ ਕੰਗਣਾ ਨੂੰ ਵੀ ਉਹ ਮੁਕੇਸ਼ ਖੰਨੇ ਨੂੰ ਵੀ ਸ਼ਕਤੀਮਾਨ ਨੂੰ ਵੀ ਦਿੱਤੇ ਨੇ, ਕਿਉਂਕਿ ਇਹ ਜਿਹੜੀ ਜੰਗ ਆ ਨਾ ਇਹ 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 ਨਾ ਆਪਾਂ ਸਮਝ ਗਏ ਜੰਗ ਕੋਈ ਸਿੱਖਾਂ ਜਾਂ ਇੱਕ ਫਿਰਕੇ ਦੀ ਹੈ ਇੱਕ ਵੱਖਰਿਆਂ ਲੋਕਾਂ ਦੀ ਨਹੀਂ ਹੈ, ਜੰਗ ਹਿੰਦੂ ਸਿੱਖ ਮੁਸਲਮਾਨ ਸਾਰਿਆਂ ਦੀ ਸਾਂਝੀ ਹੈ। ਕਈ ਨਾ ਮੈਨੂੰ ਅੱਜ ਇਹ ਗੱਲ ਬੜੀ ਦੁੱਖ ਲੱਗਿਆ ਮੈਨੂੰ ਅੱਜ ਨਾ, ਮੈਂ ਦੇਖਿਆ ਕਿ ਉਹ ਸਰਗੁਣ ਮਹਿਤਾ ਜਿਹੜੀ ਉਹ ਅਤੇ ਕਪਿਲ ਸ਼ਰਮਾ ਉਹ ਹਿੰਦੂ ਪਰਿਵਾਰਾਂ 'ਚੋਂ ਆਉਂਦੇ ਨੇ, ਹੈ ਆਪਣੇ ਪੰਜਾਬੀ ਨੇ ਅੰਮ੍ਰਿਤਸਰ ਦੇ, ਹਾਂ, ਅਤੇ ਆਪਾਂ ਅੱਜ ਹਿੰਦੂ ਸਿੱਖ ਨਹੀਂ ਕਰਨਾ, ਜੇ ਆਪਣੇ ਅੱਜ ਕਿਸੇ ਆਪਣੇ ਨਾਲ ਖੜ੍ਹੇ ਇਸ ਜੰਗ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਖੜ੍ਹੇ ਹੋਏ ਕਿਸੇ ਵੀ ਭਰਾ ਦੇ ਨਾਲ, ਚਾਹੇ ਉਹ ਮੁਸਲਮਾਨ ਹੈ ਚਾਹੇ ਹਿੰਦੂ ਆ ਚਾਹੇ ਉਹ ਸਿੱਖ ਆ, ਉਹਦੇ ਨਾਲ ਕੋਈ ਇਸ ਤਰ੍ਹਾਂ ਟ੍ਰੋਲ ਹੁੰਦੀ ਆ, ਉਹਦੇ ਨਾਲ ਕੋਈ ਉਹਨੂੰ ਗਾਲਾਂ ਕੱਢੀਆਂ ਜਾਂਦਾ, ਉਹ ਤਾਂ ਉਹਦੇ ਨਾਲ ਖੜ੍ਹ ਜਾਓ ਆ ਕੇ, ਉੱਥੇ ਨਾ ਸੋਚਿਆ ਕਰੋ ਵੀਰ ਫਲਾਨਾ ਹੈ ਅਤੇ ਮਕਾ, ਨਹੀਂ ਅੱਜ ਉਹ ਸੋਚਣ ਦੀ ਲੋੜ ਨਹੀਂ ਹੈਗੀ। ਅੱਜ ਜੋ ਵੀ ਬੰਦਾ ਜਿਹੜਾ ਇਹ ਬੰਦਾ ਕਿਸੇ ਧਰਮ ਦਾ ਅੱਜ ਕਿਸਾਨੀ ਘੋਲ ਦੇ ਨਾਲ ਖੜ੍ਹਾ ਅੱਜ ਇਸ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਿਹਾ, ਉਹਨੂੰ ਅਸੀਂ ਸਿਰ ਝੁਕਾਈਏ, ਦੋ ਕਦਮ ਚੱਲ ਕੇ ਆਉਂਦਾ ਸੀ ਚਾਰ ਅੱਗੇ ਚੱਲ ਕੇ ਉਹਨੂੰ ਜੱਫੀ ਪਾ ਕੇ, ਅੱਜ ਸਾਰਿਆਂ ਨੂੰ ਇੱਕਜੁੱਟ ਹੋ ਕੇ ਲੋੜ ਹੁੰਦੀ ਹੈ। ਅਤੇ ਇੱਕ ਬਾਈ ਜਿਹੜੀ ਮੀਟਿੰਗ ਆ ਉਹ ਬੇਸਿੱਟਾ ਰਹੀ ਆ, ਉਹ ਸਿੱਧਾ ਜਵਾਬ ਦੇ ਗਏ ਵੀ ਉਹ ਕਹਿੰਦੇ ਸੀ ਸੋਧ ਵੀ ਸ਼ਾਇਦ ਕਰਨ ਨੂੰ ਤਿਆਰ ਨਹੀਂ, ਇਹਦੇ ਬਾਰੇ ਕੀ ਕਹਿਣਾ ਹੈ? ਦੇਖੋ ਅੜੀਅਲ ਰਵੱਈਆ ਜਿਹੜਾ ਹੈਗਾ ਉਹ ਉਹਨਾਂ ਦਾ ਉਹ ਇਸ ਗੱਲ 'ਤੇ ਆ ਕਿ ਅਸੀਂ ਕੋਈ ਸੋਧ, ਉਹਦਾ ਯਾਰ ਤਿੰਨ ਮੀਟਿੰਗਾਂ ਹੋ ਗਈਆਂ ਰੰਧਾਵੇ, ਤਿੰਨਾਂ ਮੀਟਿੰਗਾਂ ਦੇ ਵਿੱਚ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਤੁਸੀਂ ਐਂ ਦੱਸੋ ਵੀ ਕਾਨੂੰਨ ਸਹੀ ਗਲਤ ਕਿਵੇਂ ਆ। ਉਹ ਤਾਂ ਇਹੀ ਜਿਹੜੀ ਸਿੱਧ ਕਰਨ ਦੀ ਕੋਸ਼ਿਸ਼ ਆ, ਪ੍ਰਭਾਵ ਪਾਉਣ ਦੀ ਕੋਸ਼ਿਸ਼ ਆ ਜਾਂ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਜਿਹੜੇ ਕਾਨੂੰਨ ਨੇ ਇਹ ਗਲਤ ਨਹੀਂ ਹੈਗੇ ਸਹੀ ਨੇ। ਉਹਦੇ ਵਿੱਚੋਂ ਅੱਜ ਕਿਸਾਨਾਂ ਨੇ, ਮੈਂ ਫਿਰ ਦੱਸ ਦਿੰਦਾ, ਦੋ ਟੁੱਕ ਫੈਸਲਾ ਕਰ ਰਿਹਾ ਜਥੇਬੰਦਕਾਂ ਨੇ ਵੀ ਅਸੀਂ ਕਾਨੂੰਨ ਰੱਦ ਕਰ ਦਿਓ ਬਿਨਾਂ ਕੋਈ ਸੋਧ, ਅਸੀਂ ਕਿਸੇ ਗੱਲ ਤੇ ਰਾਜੀ ਨਹੀਂ ਹੈਗੇ, ਇਹ ਗੱਲ ਬਹੁਤ ਵਧੀਆ ਹੋਈ, ਬਹੁਤ ਵਧੀਆ ਗੱਲ। ਹਾਂ ਬਾਈ ਜੀ, ਦੂਜਾ ਨਾਂ ਕਿ ਲੋਕੀ ਬਹੁਤ ਫੋਨ ਲਾਉਂਦੇ ਨੇ ਕਿ ਅਸੀਂ ਆਈਏ ਕਿ ਨਾ ਆਈਏ, ਬਿੱਲ ਰੱਦ ਹੋਣ ਦੇ ਕਿ ਨਾ, ਉਹਨਾਂ ਨੂੰ ਜਿਹੜੇ ਘਰੇ ਬੈਠੇ ਉਹਨਾਂ ਨੂੰ ਕੀ ਸੰਦੇਸ਼? ਕਹਿਤਾ ਅੱਛਾ ਬਾਈ, ਮੇਰਾ ਸਵਾਲ ਆ ਵੀ ਇੰਨੇ ਪੱਤਰਕਾਰਾਂ ਚੋਂ ਰੰਧਾਵਾ ਮੰਤਰੀ ਗੋਰਾ ਮੈਂ ਸਾਰਿਆਂ ਚੋਂ ਚੰਗਾ ਕਿਹੜਾ ਲੱਗਿਆ? ਨਹੀਂ ਯਾਰ, ਸੁੱਖ ਹੱਸਣ ਵਾਲੀ ਗੱਲ ਨਹੀਂ, ਜਿਹੜੀ ਚੰਗੀ ਗੱਲ ਕਰਦੇ ਬਾਈ
ਚੁੱਪ ਕਰ ਬਾਈ ਜੀ ਇਹ ਸਵਾਲ ਦਾ ਜਵਾਬ ਇਹਦਾ ਮਜ਼ਾਕ ਬਾਰ ਬਾਰ ਗੱਲ ਕਰਦੇ ਆ ਕਿ ਜਦੋਂ ਕੌਮਾਂ ਲੜਦੀਆਂ ਨੇ ਨਾ ਤੇ ਕੌਮਾਂ ਨੂੰ ਹੌਸਲੇ ਦੀ ਵੀ ਲੋੜ ਹੁੰਦੀ ਹੈ ਕੌਮਾਂ ਨੂੰ ਸਾਥ ਦੀ ਵੀ ਲੋੜ ਹੁੰਦੀ ਹੈ ਹਰ ਤਰ੍ਹਾਂ ਨੂੰ ਦਾ ਜਿਹੜੀ ਸਪੋਰਟ ਆ ਹਮਾਇਤ ਆ ਉਹ ਚਾਹੀਦੀ ਆ ਚਾਹੀਦੀ ਹੁੰਦੀ ਹੈ ਤੇ ਹੁਣ ਬਾਈ ਇੱਥੇ ਸਾਰਿਆਂ ਨੂੰ ਵੱਧ ਧਰਨੇ ਤੇ ਬੰਦਿਆਂ ਦੀ ਲੋੜ ਆਪਾਂ ਨੂੰ ਹੋਰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਹਨਾ ਕੀ ਲੋੜ ਨਹੀਂ ਹੁਣ ਤਾਂ ਗਿਣਤੀ ਮੈਂ ਕਹਿਣਾ ਜਿੱਡੀ ਵੱਡੀ ਗਿਣਤੀ ਪੰਜਾਬ ਹਰਿਆਣੇ ਹੋਰ ਸੂਬਿਆਂ ਤੋਂ ਹੋ ਜੂਗੀ ਰਾਜਸਥਾਨ ਤੋਂ ਵੀ ਆ ਗਏ ਹੁਣ ਅੱਜ ਵੀ ਚੱਲੇ ਨੇ ਕਿਸਾਨ ਆਪਣੇ ਵਧੀਆ ਗੱਲ ਉਹ ਇਹ ਹੋਈ ਹੈ ਰੰਧਾਵੇ ਕਿ ਬੁੱਢਾ ਦਲ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਮਿਲ ਕੇ ਆਏ ਸੀ ਨਿੰਗ ਸਿੰਘ ਜਿਹੜੇ ਮਿਲ ਕੇ ਆਏ ਹਾਂ ਉਹਨਾਂ ਨੇ ਵੀ ਆ ਕੇ ਮੋਰਚੇ ਲਾ ਲਿਆ ਹੁਣ ਤਾਂ ਕੋਈ ਵੀ ਵਰਗ ਯਾਰ ਘਰੇ ਰਹਿਣ ਦਾ ਬੇਲਾ ਨਹੀਂ ਰਿਹਾ ਮੇਰਾ ਵੀਰ ਵਾਰ ਵਾਰ ਤੁਹਾਨੂੰ ਬੇਨਤੀ ਕਰਦੇ ਹਾਂ ਨਹੀਂ ਯਾਦ ਰੱਖਿਓ ਅੰਦਰ ਵੜ ਕੇ ਅੱਖਾਂ 'ਚ ਘਸੁਣ ਦੇ ਰੋਇਆ ਕਰੋਗੇ ਕਿਉਂ ਉਦੋਂ ਕਿਉਂ ਨਾ ਗਏ ਜਾ ਵੜਦੇ ਤਾਂ ਆਪਣਾ ਹੱਲ ਹੋ ਜਾਂਦਾ ਉਦੋਂ ਰੋਇਆ ਪਛਤਾਇਆ ਕੱਖ ਨਹੀਂ ਸਾਡਾ ਬਣਨਾ ਭਰਾਵੋ ਅੱਜ ਤੁਹਾਨੂੰ ਵਾਰ ਵਾਰ ਬੇਨਤੀਆਂ ਕਰਦੇ ਹਾਂ ਵੀ ਹੁਣ ਐਨ ਗੱਲ ਸਿਖਰ 'ਤੇ ਖੜ ਗਈ ਆ ਜਾਂ ਉੱਧਰ 'ਤੇ ਜਾਂ ਉੱਧਰ ਲੱਗੂਗੀ ਇੱਕ ਪਾਸੇ ਗੱਲ ਲਾ ਕੇ ਜਾਣੀ ਹੈ ਖਾਲੀ ਵਾਪਸ ਨਹੀਂ ਮੁੜਨਾ ਜੋ ਹੁੰਦਾ ਹੋ ਜਾਏ ਬਾਈ ਜੀ ਕਈ ਬੰਦੇ ਨਾ ਕਲਾਕਾਰ ਮੈਨੂੰ ਅੱਜ ਟੱਕਰੇ ਉੱਥੇ ਉਹਨਾਂ ਦੇ ਕਿ ਮੁੰਡੇ ਫੋਟੋਆਂ ਬਹੁਤ ਖਿਚਾਉਂਦੇ ਨੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦਿੰਦੇ ਫੋਟੋਆਂ ਤੁਸੀਂ ਦੱਸੋ ਕੀ ਸੰਦੇਸ਼ ਦਿੰਦੇ ਜਿਹੜੇ ਕਲਾਕਾਰ ਨੇ ਉਹਨਾਂ ਦੇ ਸਾਨੂੰ ਸਤਾਉਂਦੇ ਨੇ ਬਹੁਤ ਜ਼ਿਆਦਾ ਹੀ ਔਖੇ ਬੜੇ ਆ ਚਲੋ ਮਸ਼ਹੂਰ ਬੰਦਿਆਂ ਨਾਲ ਬਾਈ ਇੱਕ ਕੁਦਰਤ ਦੀ ਤੈਨੂੰ ਗੱਲ ਦੱਸਾਂ ਅੱਜ 2-3 ਬਾਜ਼ ਆਏ ਹੋਏ ਆ ਉੱਥੇ ਨਾਲ ਜਿੱਥੇ ਆਪਣੇ ਬੈਠੇ ਘੋੜਿਆਂ ਵਾਲੇ ਉੱਥੇ ਹੀ ਰਹਿੰਦੇ ਤਿੰਨੇ ਬਾਜ਼ ਹਾਂ ਮੈਂ ਫੋਟੋ ਵੀ ਦਿਖਾ ਦਿੰਦਾ ਅੰਦਰ ਜਜ਼ਬਾ ਇੰਨਾ ਬਈ ਸਾਰੇ ਲੋਕ ਮਤਲਬ ਜ਼ਿਆਦਾਤਰ ਰੋ ਰਹੇ ਆ ਲੋਕ ਬਾਹਰਲੇ ਦੇਸ਼ਾਂ 'ਚ ਫੋਨ ਲਾ ਕੇ ਵੀ ਯਾਰ ਹੋਈ ਕੀ ਜਾਂਦਾ ਸਾਡੇ ਨਾਲ ਧੱਕਾ ਹੋਈ ਜਾਂਦਾ ਜਾਂ ਪਾਠ ਕਰੀ ਜਾਂਦੇ ਆ ਬਸ ਹੁਣ ਘਰਾਂ 'ਚ ਬੈਠ ਕੇ ਨਾ ਆਪਣਾ ਫਿਰ ਰੋਣ ਦਾ ਵਕਤ ਨਹੀਂ ਹੁਣ ਤਾਂ ਨਿਕਲਣ ਦਾ ਵੇਲਾ ਯਾਰ ਹੁਣ ਨਿਕਲਣ ਦਾ ਵੇਲਾ ਅੱਜ ਨਾ ਨਿਕਲਦਾ ਫਿਰ ਕਦੇ ਨਿਕਲ ਨਹੀਂ ਦੇਣਾ ਸਾਡੀ ਯਾਦ ਅੱਜ ਸਾਰੀ ਉਮਰ ਰੋਣਾ ਹਾਂ ਸਾਰੀ ਉਮਰ ਕੀ ਬਾਈ ਸਾਡੀਆਂ ਨਸਲਾਂ ਦਾ ਖਾਤਮਾ ਇਹ ਨਸਲ ਘਾਤ ਹੋਣੀ ਆ ਸਾਡੀ ਯਾਦ ਰੱਖਿਓ ਇੱਥੇ ਮੁੰਡਾ ਆਪਣੇ ਆਇਆ ਮਹਾਵੀਰ ਬਾਹਰਲੇ ਭਰਾ ਬਹੁਤ ਇੱਥੇ ਆ ਵੀ ਰਹੇ ਆ ਜਿਨ੍ਹਾਂ ਦੀਆਂ ਬਾਹਰ ਨੂੰ ਜਹਾਜ਼ਾਂ ਦੇ ਚੜ੍ਹਨਾ ਸੀ ਟਿਕਟਾਂ ਟੁਕਟਾਂ ਲੱਗੀਆਂ ਵਾ ਟਿਕਟਾਂ ਟੁਕਟਾਂ ਕੈਂਸਲ ਕਰਾ ਕੇ ਰੱਦ ਕਰਾ ਕੇ ਉਹ ਵੀ ਆ ਗਏ ਆ ਬਾਹਰੋਂ ਇੱਕ ਪਾਇਆ ਵੀ 100 ਮੁੰਡਾ ਕੋਈ ਐਮਰਜੈਂਸੀ ਟਿਕਟਾਂ ਲੈ ਕੇ ਜਿਹੜਾ ਉਹ ਆ ਰਿਹਾ ਹਾਂ ਚੰਗੀ ਗੱਲ ਆ ਯਾਰ ਇਹਦੇ ਵਿੱਚ ਤਾਂ ਜਿੰਨਾ ਕੋਈ ਯੋਗਦਾਨ ਪਾ ਲਓਗੇ ਇਤਿਹਾਸ ਦੇ ਪੰਨਿਆਂ ਤੇ ਤੁਸੀਂ ਦਰਜ ਹੋਣਾ ਹਾਏ ਹਾਏ ਬਈ ਇੱਕ ਲੱਖੇ ਬਈ ਆਪਣੇ ਮਜ਼ਬੀ ਸਿੱਖਾਂ ਦੇ ਮੁੰਡੇ ਬਹੁਤ ਆਏ ਕਿੰਨਾ ਕੋਈ ਜ਼ਮੀਨਾਂ ਹੈੜੀਆਂ ਪਰ ਜ਼ਮੀਰ ਹਾਂ ਬਹੁਤ ਜ਼ਿਆਦਾ ਬਈ ਮੈਂ ਇੱਥੇ ਇੱਕ ਹੋਰ ਬਿਆਨ ਕਹਿਣਾ ਚਾਹੁੰਦਾ ਮੈਂ ਜਥੇਬੰਦੀਆਂ ਨੂੰ ਅਪੀਲ ਵੀ ਪੇਸ਼ ਕੀਤੀ ਸੀ ਮੈਂ ਮੀਡੀਆ ਰਾਹੀਂ ਤੁਹਾਡੇ ਰਾਹੀਂ ਸਾਰਾ ਕਹਿਣਾ ਚਾਹੁੰਦਾ ਕਿ ਜਿਹੜੀਆਂ ਪੂਰੇ ਦੇਸ਼ ਦੇ ਵਿੱਚ ਸਰਕਾਰੀ ਜ਼ਮੀਨਾਂ ਪਈਆਂ ਨੇ ਜਿਹਨੂੰ ਆਪਾਂ ਪੰਚਾਇਤੀ ਜ਼ਮੀਨਾਂ ਵੀ ਕਹਿ ਦਿੰਦੇ ਹਾਂ ਉਹ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਵਿੱਚ ਵੰਡੀਆਂ ਜਾਣ ਬਿਲਕੁਲ ਇਸ ਗੱਲ ਦੇ ਉੱਤੇ ਵੀ ਸਾਨੂੰ ਇੱਥੋਂ ਇੱਕ ਐਲਾਨ ਹੋਣਾ ਚਾਹੀਦਾ ਜਥੇਬੰਦੀਆਂ ਵੱਲੋਂ ਇੱਥੋਂ ਇਸ ਸੰਘਰਸ਼ ਦੇ ਵਿੱਚੋਂ ਐਲਾਨ ਹੋਣਾ ਚਾਹੀਦਾ ਉਹ ਜ਼ਮੀਨਾਂ ਉਹਨਾਂ ਲੋਕਾਂ ਨੂੰ ਦਿੱਤੀਆਂ ਜਾਣ ਜਿਹੜੇ ਬੇਜ਼ਮੀਨੇ ਲੋਕ ਨੇ ਅਨੁਸੂਚਿਤ ਜਾਤੀ ਦੇ ਲੋਕ ਨੇ ਜਿਨ੍ਹਾਂ ਨੂੰ ਇਹ ਦਲਿਤ ਕਹਿ ਦਿੰਦੇ ਨੇ ਉਹਨਾਂ 'ਚ ਵੰਡੀਆਂ ਜਾਣ ਦੇਖੋ ਬਹੁਤ ਵਧੀਆ ਗੱਲ ਆ ਬਾਈ ਦੇਖੋ ਇਹ ਆਪਾਂ ਵਾਰ ਵਾਰ ਗੱਲ ਕਰਦੇ ਮੈਂ ਤਾਂ ਕਹਿੰਦਾ ਜੇ ਆਪਾਂ ਸਿੱਖੀ ਦੀ ਗੱਲ ਕਰਦੇ ਸਿੱਖੀ ਦਾ ਕੋਈ ਜਾਤ ਪਾਤ ਹੈ ਹੀ ਨਹੀਂ ਯਾਰ ਜਾਤਾਂ ਪਾਤਾਂ ਦੇ ਆਪਾਂ ਨੂੰ ਵੰਡਣ ਵਾਲੇ ਵੀ ਨਹੀਂ ਤਾਂ ਮੈਂ ਕਹਿੰਦਾ ਸਾਰੇ ਇੱਕ ਨੇ ਚਾਹੇ ਉਹ ਕੋਈ ਵੀ ਵਰਗ ਕੋਈ ਵੀ ਖਿੱਤੇ ਦੇ ਲੋਕ ਪੰਜਾਬ ਹਰਿਆਣੇ 'ਚ ਉੱਠ ਕੇ ਆਏ ਨੇ ਤਾਂ ਸਾਰੇ ਇੱਕ ਨੇ ਇੱਥੇ ਆਪਾਂ ਨੂੰ ਕੋਈ ਜਾਤ ਪਾਤ ਕੋਈ ਧਰਮ ਦੀ ਗੱਲ ਨਹੀਂ ਸਾਰੇ ਉਦੋਂ ਉੱਪਰ ਉੱਠ ਕੇ ਆਏ ਨੇ ਅਤੇ ਆਪੋ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਆਪੋ ਆਪਣੀਆਂ ਆਪਣੀ ਧਰਤੀ ਨੂੰ ਬਚਾਉਣ ਆਏ ਆਪਣੇ ਪਾਣੀਆਂ ਨੂੰ ਬਚਾਉਣ ਆਏ ਆ ਹੱਕਾਂ ਨੂੰ ਅਸੀਂ ਕਿਵੇਂ ਲੈਣਾ ਤਾਂ ਮੈਂ ਇੱਕੋ ਗੱਲ ਫਿਰ ਤੁਹਾਨੂੰ ਕਹਿ ਦਿੰਦਾ ਅਖੀਰ ਦੇ ਉੱਤੇ ਕਿ ਸਾਨੂੰ ਅੱਜ ਆਪਣੇ ਇਤਿਹਾਸ ਤੋਂ ਸਿੱਖਣਾ ਲੈਣ ਦੀ ਲੋੜ ਆ ਇਤਿਹਾਸ ਤੋਂ ਇਤਿਹਾਸ ਪੜ੍ਹ ਕੇ ਉਹਨਾਂ ਯੋਧਿਆਂ ਨੂੰ ਯਾਦ ਕਰਕੇ ਆਪਣੀਆਂ ਤਸਵੀਰਾਂ ਨੂੰ ਝੰਝੋੜਾ ਮਾਰਨ ਦੀ ਲੋੜ ਆ ਤਸਵੀਰਾਂ ਗਰਮ ਕਰਨ ਦੀ ਲੋੜ ਹੈ ਅੰਦਰ ਸਾਡਾ ਖੂਨ ਖੋਲਣਾ ਚਾਹੀਦਾ ਕਿ ਅਸੀਂ ਉਹਨਾਂ ਦੇ ਵਾਰਸ ਹੈ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਹਮੇਸ਼ਾ ਆਪਣੀਆਂ ਹਿੱਕਾਂ ਡਾਹੀਆਂ ਨੇ ਅੱਜ ਅਸੀਂ ਹਿੱਕਾਂ ਡਾਉਣੀਆਂ ਨੇ ਜ਼ੁਲਮ ਸਾਡੇ 'ਤੇ ਜੇ ਅੱਜ ਅਸੀਂ ਇਕੱਠੇ ਹੋ ਕੇ ਹੰਭਲਾ ਮਾਰ ਕੇ ਇਹਨਾਂ ਦਾ ਮੂੰਹ ਤੋੜ ਗਏ ਨਹੀਂ ਇਕੱਲੇ ਨੂੰ ਉਦੋਂ ਬਾਅਦ ਇਕੱਲੇ ਨੂੰ ਇਹਨਾਂ ਨੇ ਟਾਰਗੇਟ ਕਰਨਾ ਇਕੱਲੇ ਨੂੰ ਨਿਸ਼ਾਨੇ 'ਤੇ ਲਿਆਉਣਾ ਇਕੱਲੇ ਨੂੰ ਨਿਸ਼ਾਨੇ 'ਤੇ ਲਿਆ ਕੇ ਫਿਰ ਨੁਕਸਾਨ ਕਰਨਗੇ ਸਾਰਿਆਂ ਦਾ ਬਾਈ ਇੱਕ ਕਹਿੰਦੇ ਵੀ ਮੇਰਾ ਰੋਣ ਆਈ ਜਾਂਦਾ ਵੀ ਕਿਸਾਨ ਸਾਡੇ ਰੋਟੀ ਆਪ ਲੈ ਕੇ ਗਏ ਉਹਨਾਂ ਦੀ ਰੋਟੀ ਨਹੀਂ ਖਾਧੀ ਪਿਛਲੀ ਵਾਰ ਜਿਹੜੇ ਕਹਿੰਦੇ ਸੀ ਵੀ ਉਹਨਾਂ ਦੀ ਖਾਧੀ ਆ ਉਹਦੇ ਬਾਰੇ ਕੀ ਬਿਆਨ ਕੀ ਗੱਲ ਆ ਅੱਜ ਜੋ ਵੀ ਜਥੇਬੰਦੀਆਂ ਨੇ ਇੱਕ ਵਧੀਆ ਗੱਲ ਮੇਰੀ ਆਗੂ ਨਾਲ ਗੱਲ ਹੋਈ ਹੈ ਉਹ ਕਹਿੰਦਾ ਵੀ ਅੱਜ ਜਿਹੜੀਆਂ ਜਿੰਨੀਆਂ ਜਥੇਬੰਦੀਆਂ ਗੰਗਾ ਸੀ ਪੰਜਾਬ ਦੀਆਂ ਹਰਿਆਣੇ ਵਾਲੇ ਸੀ ਰਾਜਸਥਾਨ ਵਾਲੇ ਸੀ ਯੂਪੀ ਵਾਲੇ ਸੀ ਮੱਧ ਪ੍ਰਦੇਸ਼ ਵਾਲੇ ਸੀਗੇ ਮਹਾਰਾਸ਼ਟਰ ਵਾਲੇ ਸਾਰਿਆਂ ਦੀ ਇੱਕੋ ਹੀ ਆਵਾਜ਼ ਸੀ
ਇੱਕੋ ਹੀ ਬੋਲੀ ਬੋਲੀ ਹੈ। ਕਿਸੇ ਨੇ ਆਪਣਾ ਰਾਗ ਨਹੀਂ ਲਾਪਿਆ ਵੀ ਐਂ ਹੋਣਾ ਚਾਹੀਦਾ ਐਂ ਹੋਣਾ ਚਾਹੀਦਾ, ਸਾਰਿਆਂ ਨੇ ਇੱਕੋ ਹੀ ਆਵਾਜ਼ ਦੇ ਵਿੱਚ ਗੱਲ ਕੀਤੀ ਹੈ ਅਤੇ ਸਰਕਾਰ ਦੇ ਵੀ ਇਸ ਗੱਲੋਂ ਕੰਨ ਖੜੇ ਹੋਏ ਵੀ ਨਹੀਂ ਹੁਣ ਇੱਕ ਹੋ ਗਏ। ਹੁਣ ਬਸ ਮੇਰਾ ਵੀਰ ਇੱਕ ਹੋਰ ਬੇਨਤੀ ਮੈਂ ਕਰਦਾ, ਜਿਵੇਂ ਰਾਤ ਆਪਾਂ ਦੇਖਿਆ ਕੁਛ ਬੰਦੇ ਇਹਨਾਂ ਨੇ ਛੱਡੇ ਆ, ਬਈ ਅੱਜ ਕੁੜੀਆਂ ਵੀ ਇੱਥੇ ਆਈਆਂ ਵੀ ਅਸੀਂ ਵੀਡੀਓ ਬਣਾਈਆਂ ਅਤੇ ਉਹ ਵੀਡੀਓ ਜਿਹੜੀਆਂ ਫੜੇ ਫੜੇ ਵੀ ਗਏ ਆ, ਹੋ ਸਕਦਾ ਸਾਡੇ ਕੋਲ ਅੱਜ ਵੀ ਖਬਰਾਂ ਨੇ ਆਪਣੀਆਂ ਟੀਮਾਂ ਵੈਸੇ ਬਕਾਇਦਾ ਬਣੀਆਂ ਹੋਈਆਂ ਨੇ, ਵਿੱਚ ਆਪਣੇ ਬੰਦੇ ਛੱਡ ਕੇ ਉਹਨਾਂ ਕੋਲ ਝੰਡੇ ਫੜਾ ਕੇ ਬਿੱਲੇ ਲਵਾ ਕੇ ਇਸ ਤਰ੍ਹਾਂ ਦੀਆਂ ਗੜਬੜਾਂ ਕਰਾ ਸਕਦੇ ਆ ਮੇਰਾ ਵੀਰ। ਇਹ ਤਾਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਜਿੱਤੇ ਹੋਏ ਸੰਘਰਸ਼ ਨੂੰ ਉਦੋਂ ਹੀ ਹਾਰਿਆ ਜਾਂਦਾ ਹੈ ਜਦੋਂ ਕੋਈ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ, ਅਤੇ ਇਹ ਕੋਈ ਨਾ ਕੋਈ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਇਹ ਮੀਟਿੰਗਾਂ ਕਰ ਰਹੇ ਨੇ, ਮੀਟਿੰਗਾਂ 'ਤੇ ਮੀਟਿੰਗਾਂ ਕਰ ਰਹੇ ਨੇ, ਉਹਨਾਂ ਸਮੇਂ ਇਹਨਾਂ ਨੂੰ ਇਹ ਲੱਗ ਰਿਹਾ ਕਿ ਕੋਈ ਨਾ ਕੋਈ ਇਹਨਾਂ ਦੇ ਵਿੱਚ ਮਾਹੌਲ ਪੈਦਾ ਕਰੋ ਆਪਾਂ ਗੜਬੜ ਕਰਾ ਕੇ ਤੇ ਇਹਨੂੰ ਆਪਾਂ ਇਹਨੂੰ ਪੂਰੇ ਸੰਘਰਸ਼ ਨੂੰ ਖਤਮ ਕਰ ਲਵਾਂਗੇ। ਬਾਈ ਜੀ ਵਿੱਚ ਕਈ ਬੰਦਿਆਂ ਦੇ ਕਿ ਫੋਰਸ ਬਹੁਤ ਇਕੱਠੀ ਕਰੀ ਆਉਂਦੇ, ਮਿਲਟਰੀ ਚੋਰੀ ਤੇ ਉਹਦਾ ਕੀ ਮੰਨ ਲਓ? ਕੋਈ ਗੱਲ ਨਹੀਂ ਯਾਰ, ਫੋਰਸਾਂ ਫਾਰਸਾਂ ਆਉਂਦੀਆਂ ਹੁੰਦੀਆਂ ਨੇ, ਫੋਰਸਾਂ ਕੋਈ ਗੱਲ ਨਹੀਂ ਟਕਰਾਉਣਗੀਆਂ ਸਾਡੇ ਨਾਲ ਆ ਕੇ ਟਕਰਾਉਣਗੀਆਂ, ਕੋਈ ਗੱਲ ਨਹੀਂ। ਐਵੇਂ ਹਿੱਲ ਜੁੱਲ ਨਾ ਕਰਿਆ ਕਰੋ, ਫੋਰਸ ਆਉਂਦੀ ਆ ਓਏ ਚੜਾ ਦੇ ਯਾਰ, ਅਸੀਂ ਕਹਿੰਦੇ ਹਾਂ, ਮੇਰੀ ਗੱਲ ਸੁਣ ਲਾ, ਅੱਜ ਕਿਸਾਨ ਵੀ ਇਹੀ ਕਹਿ ਕੇ ਆਏ ਆ ਵੀ ਜੇ ਤੁਸੀਂ ਨਹੀਂ ਕਾਨੂੰਨ ਰੱਦ ਕਰਨੇ ਤਾਂ ਸਾਡੇ ਫਿਰ ਡਾਂਗਾ ਮਾਰ ਦਿਓ, ਗੋਲੀਆਂ ਮਾਰ ਦਿਓ, ਇਹੀ ਆ ਨਾ। ਫਿਰ ਜੇ ਇਹ ਮਾਰਨ 'ਤੇ ਆਉਣਗੇ ਤਾਂ ਮਾਰ ਦੇਣ, ਕੋਈ ਗੱਲ ਨਹੀਂ ਯਾਰ, ਸਾਰੀ ਗੱਲਾਂ ਹੈਗੀਆਂ, ਕੋਈ ਗੱਲ ਨਹੀਂ, ਆਉਣ ਦੇ ਜਿਹੜੀਆਂ ਫੋਰਸਾਂ ਆਉਂਦੀਆਂ ਨੇ ਕੋਈ ਚੱਕਰ ਨਹੀਂ ਹੈਗੀ, ਕੋਈ ਚੱਕਰ ਨਹੀਂ ਹੈਗਾ ਇਹ ਗੱਲ ਦਾ, ਐਵੇਂ ਨਾ ਗੱਲ ਹਿੱਲ ਜੁੱਲ ਹੋ ਜਾਂਦੇ। ਉਹ ਇੱਧਰੋਂ ਲਾਂਗੇ ਉਹ ਪਿੱਛੇ ਆ, ਕੱਖ ਨਹੀਂ ਹੁੰਦਾ ਐਵੇਂ। ਉੱਥੇ ਮੈਂ ਫਿਰ ਇੱਥੇ ਵੀ ਬੇਨਤੀ ਕਰਦਾ, ਜਦੋਂ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਉਦੋਂ ਇਕੱਠੇ ਹੋਵੋ, ਨਾ ਕਿ ਉਦੋਂ ਇੱਧਰ ਉੱਧਰ ਆਪਾਂ ਹਿੱਲ ਜੁੱਲ ਕਰਕੇ ਇਕੱਠੇ ਹੋ ਕੇ ਨਾਲ ਹੀ ਨਾਲ ਸੁਨੇਹਾ ਸਾਰਿਆਂ ਤੱਕ ਪਹੁੰਚਾ ਦਿਓ। ਰਾਤ ਨੂੰ ਜੇ ਕਿਸੇ ਟਰਾਲੀ ਕੋਲ ਕਿਤੇ ਹੋਰ ਥਾਂ 'ਤੇ ਗੜਬੜ ਹੁੰਦੀ ਹੈ ਤਾਂ ਸੁਨੇਹਾ ਪੂਰਾ ਜਿੰਨਾ ਵੀ ਇੱਥੇ ਕਾਫਲਾ ਕਿਹੜਾ ਸਾਰੇ ਸੁਨੇਹਾ ਲਾ ਕੇ ਸਾਰਿਆਂ ਨੂੰ ਚੁਕੰਨੇ ਕਰਦਾ। ਬਿਲਕੁਲ। ਅੱਛਾ ਰੰਧਾਵਾ ਵੀ ਬੈਠਾ ਬਈ, ਮੈਂ ਗੱਲ ਸਮਾਪਤ ਕਰਨੀ ਆ, ਰਾਤ ਗੱਲ ਕਰਦੇ ਮੈਨੂੰ ਕਹਿੰਦਾ ਯਾਰ ਵੀ ਮੈਂ ਗੱਲ ਕਹਿੰਦਾ ਹੁੰਦਾ ਸੀ ਵੀ ਭਗਤ ਸਿੰਘ ਹੋਰੀ ਕਿਵੇਂ ਕੁਰਬਾਨੀਆਂ ਦੇ ਗਏ, ਅਤੇ ਅੱਜ ਮੈਨੂੰ ਆਪ ਹੀ ਅੱਖਾਂ 'ਚੋਂ ਹਾਂਜੀ ਰਾਤ ਨੂੰ ਅਸੀਂ ਦੋਨੇ ਗੱਲਾਂ ਕਰਦੇ, ਕਹਿੰਦਾ ਦੇਖ ਹੁਣ ਪਤਾ ਲੱਗਦਾ ਵੀ ਜਜ਼ਬਾ ਕੀ ਆ, ਕਿਵੇਂ ਆਪ ਹੀ ਇਤਾਬਲੇ ਹੋਏ ਪਏ ਵੀ ਅਸੀਂ ਮੂਹਰੇ ਜਾਈਏ। ਬਾਈ ਇਹ ਰਾਤ ਰੋਂਦਾ ਸੀ, ਰੋਂਦਾ ਸੀ ਬੰਦਾ, ਸੁੱਖ ਰੋਇਆ ਬਈ ਰਾਤ ਰੋਇਆ ਆਪਾਂ, ਸੱਚੀ ਗੱਲ। ਹਰ ਦੇਖੋ ਹਰ ਬੰਦੇ ਦਾ ਮਨ ਹੈ ਜਿਹੜਾ ਹਨਾ ਜਜ਼ਬਾਤਾਂ ਨਾਲ ਭਰਿਆ ਹੋਇਆ, ਹਰ ਬੰਦੇ ਨੂੰ ਅੱਛਾ ਜਿੱਤ ਦੀ ਉਮੀਦ, ਜਿੱਤ ਦੀ ਉਮੀਦ, ਇਕੱਲਾ ਪੰਜਾਬ ਨਹੀਂ, ਇਕੱਲੇ ਪੰਜਾਬੀ ਨਹੀਂ, ਭਾਰਤ ਨਹੀਂ, ਦੁਨੀਆਂ ਦੇ ਵਿੱਚ ਜਿੱਥੋਂ ਤੱਕ ਸਾਡਾ ਸੰਘਰਸ਼ ਪਹੁੰਚਿਆ ਹੋਇਆ, ਜਿੱਤ ਦੀ ਉਮੀਦ ਹਰ ਇੱਕ ਬੰਦੇ ਤੋਂ, ਅਤੇ ਅਸੀਂ ਉਹ ਉਮੀਦ ਟੁੱਟਣ ਨਹੀਂ ਦੇਣੀ, ਉਹ ਉਮੀਦ ਮਰ ਨਹੀਂ ਦੇਣੀ। ਅਸੀਂ ਆਹ ਹੁਣ ਆਉਂਦੇ ਆਉਂਦੇ ਨਾ ਇੱਥੇ ਆ ਖੜ ਗਏ ਮੁਰਥਲ ਕੋਲ, ਅਸੀਂ ਦੁਕਾਨ 'ਚ ਵੜ ਗਏ ਉੱਥੇ ਆਪਣਾ ਰੇਹੜੀ 'ਤੇ ਖੜ ਗਏ, ਕੋਈ ਖਾਣ ਪੀਣ ਲੱਗ ਗਏ, ਦੁਕਾਨ 'ਚ ਬੜੇ ਮੈਂ ਪੁੱਛਿਆ, ਮੈਂ ਕਿਹਾ ਜੀ ਕੀ ਲੱਗਦਾ ਬਾਈ ਜੀ ਮਾਹੌਲ ਕਿਵੇਂ ਆ? ਉਹ ਕਹਿੰਦਾ ਬਾਈ 101% ਤੁਸੀਂ ਜਿੱਤੋਗੇ, ਜਿੱਤੋਗੇ। ਬੋਲੇ ਬੋਲੇ ਹੌਸਲਾ ਨਹੀਂ ਅਸੀਂ ਟੁੱਟਣ ਦੇਣਾ, ਅਸੀਂ ਹੌਸਲਾ ਨਾ ਤੋੜਨ ਵਾਲੀ ਗੱਲ ਕਰਨੀ ਆ, ਨਾ ਢਿੱਲੀ ਗੱਲ ਕਰਨੀ ਆ। ਦਿੱਲੀ ਦੇ ਜਿਹੜੇ ਮਰਜ਼ੀ ਬੰਦੇ ਨੂੰ ਮਿਲ ਲਓ, ਹਰਿਆਣੇ ਦੇ ਜਿਹੜੇ ਮਰਜ਼ੀ ਬੰਦੇ ਨੂੰ ਮਿਲ ਲਓ, ਮੁਲਾਜ਼ਮਾਂ ਨੂੰ ਵੀ ਆਪਾਂ, ਪੁਲਿਸਾਂ ਨੂੰ ਵੀ ਮਿਲੇ ਹਾਂ, ਹੋਰ ਵੀ, ਬਿਲਕੁਲ ਹਰ ਬੰਦਾ ਕਹਿੰਦਾ ਜਿੱਤੋਗੇ ਜਿੱਤੋਗੇ, ਢਿੰਦੀ ਗੱਲ ਤਾਂ ਕਿਸੇ ਪਾਸੇ ਆ ਹੀ ਨਹੀਂ ਰਹੀ। ਤੇ ਸਰਕਾਰੀ ਖਰੀਦ ਦਾ ਕਮੈਂਟ ਆ ਗਿਆ, ਆਵਾਜ਼ਾਂ ਹੋਣ ਨਾ ਜਿੱਤਦੀਆਂ ਤਾਂ ਮੈਨੂੰ ਲੱਗਦਾ। ਇੱਕ ਮਿੰਟ ਆਈ ਰੱਖੀ, ਹਾਂਜੀ ਪ੍ਰਧਾਨ ਜੀ, ਹਾਂਜੀ ਹਾਂਜੀ, ਨਹੀਂ ਹੁਣ ਮੈਨੂੰ ਐਂ ਦੱਸ ਦਿਓ ਵੀ ਗੱਲਬਾਤ ਜਮਾਂ ਟੁੱਟ ਗਈ ਜੀ, ਕੀ ਗੱਲਬਾਤ ਹੋਈ? ਹਾਂਜੀ ਠੀਕ ਆ ਜੀ, ਠੀਕ ਠੀਕ ਆ ਜੀ, ਠੀਕ ਆ ਜੀ, ਬਾਕੀ ਤੁਸੀਂ ਆ ਜਾਓ, ਮੈਂ ਆਉਣਾ ਮੂਹਰੇ ਸਟੇਜ ਕੋਲ, ਉੱਥੇ ਗੱਲ ਕਰਦੇ ਜੀ, ਆ ਜਾਓ। ਲਓ ਜੀ ਖਬਰ ਦੱਸਦਾ, ਸੁਰਜੀਤ ਫੂਲ ਸੀ ਮੇਰੇ ਨਾਲ ਫੋਨ ਤੇ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ, ਹਾਂਜੀ, ਉਹਨਾਂ ਨੇ ਦੱਸਿਆ, ਉਹ ਕਹਿੰਦੇ ਵੀ ਬਹੁਤ ਚੁੱਕੇ ਹੋਏ ਆ, ਠੀਕ ਆ, ਇੱਥੋਂ ਲੱਗਦਾ ਸਾਡੇ ਹੌਸਲੇ ਦੀ ਗੱਲ, ਚੁੱਕੇ ਹੋਏ ਨੇ, ਕਹਿੰਦਾ ਇਸ ਗੱਲ ਤੇ ਤਾਂ ਉਹ ਆ ਗਏ ਸੀ ਵੀ ਇਹਦੇ ਬੋਲ। ਉਹ ਦੱਸਿਆ, ਉਹ ਕਹਿੰਦੇ ਵੀ ਤੁਸੀਂ ਅਸੀਂ ਜਿਹੜੀਆਂ ਕਮੀਆਂ ਕਹਿੰਦੇ ਹੋ ਕਾਨੂੰਨ ਦੇ ਵਿੱਚ, ਉਹ ਕਮੀਆਂ ਸਾਨੂੰ ਦੱਸ ਦਿਓ, ਅਸੀਂ ਕਮੀਆਂ ਸੋਧ ਦਿਆਂਗੇ। ਸੋਧਾਂ ਤੇ ਤਾਂ ਆ ਗਏ, ਵਾਹ ਜੀ ਵਾਹ, ਠੀਕ ਆ ਠੀਕ ਆ, ਜਿਹੜੇ ਕਹਿੰਦੇ ਸੀਗੇ ਕਾਨੂੰਨ ਪਿੱਛੇ ਨਹੀਂ ਹਟਣਾ ਅਸੀਂ ਇੱਕ ਕਦਮ ਵੀ, ਅੱਜ ਉਹ ਸੁਰਜੀਤ ਦੱਸਦਾ, ਉਹ ਕਹਿੰਦਾ ਬਹੁਤ ਝੁਕੇ ਹੋਏ ਨੇ, ਦਵੇ ਹੋਏ ਨੇ, ਐਵੇਂ ਨਾ ਕੋਈ ਢਿੱਲੀ ਗੱਲ ਕਰਦਾ ਕਰੋ, ਇੱਕੋ ਹੀ ਗੱਲ ਅਸੀਂ ਰੱਖਣੀ ਆ ਯਾਰ, ਕੋਈ ਗੱਲ ਨੀ ਯਾਰ,
हर हर बंदे दी इत्थे आवाज चाहीदी आ, मेरी गल सुन लो भी, जे गोलियां मारनियां साडी हिक च मारे वा के हिक च खावांगे पिट ते गोली ना मारे, साडे च इह जज्बा इह जनून चाहीदा, ठीक है ना। ऐवें इत्थों कोई ढिल्ली गल करके जांदा आ हो गया जी, आ जे मैं मंत्री कही जांदा ਫੋਰਸਾਂ ਚੜੀਆਂ ਨੇ, ਫੋਰਸਾਂ ਆਉਂਦੀਆਂ ਚੜੀਆਂ ਹੋਰ ਹੀ ਛੱਡੀ ਜਾਂਦੇ ਨੇ ਮੰਤਰੀ ਤੇ ਬਾਈ ਅਮਿਤ ਸ਼ਾਹ ਤੇ ਉਹਦੀ ਮੀਟਿੰਗ ਫੋਰਸਾਂ ਖਾ ਜਾਣਗੀਆਂ ਕਿਤੇ ਨਹੀਂ। ਉਹ ਬਾਈ ਨਾ ਕਿਸੇ ਨੇ ਸਵਾਲ ਪੁੱਛਿਆ, ਸਾਡਾ ਫਰਜ਼ ਤੈਨੂੰ ਦੱਸਣ ਦਾ ਬਾਈ, ਮੀਟਿੰਗ ਅਮਿਤ ਸ਼ਾਹ ਤੇ ਕੈਪਟਨ ਦੀ ਦੱਸ ਉਹਦੇ ਬਾਰੇ ਮੜਿਆ। ਅੱਛਾ ਹਾਂ ਹਾਂ ਅੱਜ ਇੱਕ ਹੋਰ ਸੁਣ ਲਓ, ਬਹੁਤ ਜ਼ਰੂਰੀ ਗੱਲ ਯਾਦ ਕਰਦੀ, ਬੈਠ ਮੰਤਰੀ ਰੌਲਾ ਨਾ ਪਾਓ, ਇਧਰ ਆ ਕੇ ਬੈਠ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਘੋਲ ਨੂੰ ਖਤਮ ਕਰਾਉਣ ਦੇ ਲਈ ਨਾ ਕੀ ਚਾਲਾਂ ਚੱਲ ਰਹੀ ਆ ਦੱਸਣਾ ਚਾਹੁੰਦਾ ਮੈਂ, ਜੋ ਮੈਨੂੰ ਥੋੜਾ ਮੋਟਾ ਪਤਾ ਲੱਗਿਆ ਉਹ ਪੰਜਾਬ ਸਰਕਾਰ ਰਾਹੀਂ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿਸਾਨ ਆਗੂਆਂ ਤੇ ਜਾਂ ਹੋਰ ਲੋਕਾਂ ਤੇ ਵੀ ਇਹਨੂੰ ਘੋਲ ਨੂੰ ਖਤਮ ਕਰਾਇਆ ਜਾਵੇ। ਹੋ ਸਕਦਾ ਇਹ ਕੈਪਟਨ ਨਾਲ ਅਜੇ ਇਹੀ ਗੱਲਬਾਤ ਹੋਈ ਹੋਵੇ, ਕੈਪਟਨ ਦੱਸੇ ਜਾਂ ਨਾ ਦੱਸੇ ਇਹ ਆਪਾਂ ਨੂੰ ਪਤਾ ਨਹੀਂ ਹੈਗਾ, ਹੋ ਸਕਦਾ ਕੱਲ੍ਹ ਨੂੰ ਬਿਆਨ ਆਵੇ ਜਾਂ ਅੱਜ ਕੋਈ ਬਿਆਨ ਆਵੇ, ਹਾਲੇ ਤੱਕ ਕੋਈ ਬਿਆਨ ਦਾ ਆਇਆ ਨਹੀਂ ਆ। ਦੂਜੀ ਗੱਲ ਇਹ ਕੀ ਕਰ ਰਹੇ ਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਆਲੇ ਦੁਆਲੇ ਵੀ ਘੇਰਾ ਬਣਾਉਣਾ ਸ਼ੁਰੂ ਕਰਤਾ ਇਹਨਾਂ ਨੇ, ਉਹਨਾਂ ਤੋਂ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਜਾਂ ਕੋਈ ਸਿਆਸੀ ਬੰਦਿਆਂ ਤੋਂ ਉਸ ਤਰ੍ਹਾਂ ਦਾ ਦਬਾਅ ਉਸ ਤਰ੍ਹਾਂ ਦਾ ਮਾਹੌਲ ਇਹ ਬਣਾ ਰਹੇ ਨੇ ਕਿ ਇੱਕ ਵਾਰੀ ਵੀ ਜਿਹੜੇ ਆਗੂ ਨੇ ਆਗੂਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੋੜਿਆ ਜਾਵੇ, ਉਹਨਾਂ ਦਾ ਮਨੋਬਲ ਤੋੜ ਦਿਓ, ਹੌਸਲਾ ਤੋੜ ਦਿਓ, ਜਾਂ ਉਹਨਾਂ ਨੂੰ ਆਸਮੇ ਨਖੇੜ ਦਿਓ। ਇਹ ਗੱਲਾਂ ਵੀ ਅਸੀਂ ਜਥੇਬੰਦੀਆਂ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਵੀ ਤੁਸੀਂ ਵੀ ਇਸ ਗੱਲ ਨੂੰ ਧਿਆਨ 'ਚ ਰੱਖਿਓ, ਜੇ ਤੁਹਾਡੇ 'ਤੇ ਕੋਈ ਕਿਸੇ ਪ੍ਰਕਾਰ ਦਾ ਕੋਈ ਦਬਾਅ ਪਾਇਆ ਜਾਂਦਾ, ਪ੍ਰੈਸ਼ਰ ਪਾਇਆ ਜਾਂਦਾ, ਉਸ ਤਰ੍ਹਾਂ ਦੀ ਗੱਲਬਾਤ ਕੀਤੀ ਜਾਂਦੀ ਤਾਂ ਸਾਰੀ ਸੰਗਤ ਦੇ ਸਾਹਮਣੇ ਸਟੇਜ 'ਤੇ ਆ ਕੇ ਰੱਖੋ ਗੱਲਾਂ। ਇਹ ਗੱਲ ਸਹੀ ਹੈ ਬਈ, ਹਾਂ, ਕਿਉਂਕਿ ਇਹ ਇਸ ਤਰ੍ਹਾਂ ਹੀ ਕਰਦੇ ਹੁੰਦੇ ਨੇ। ਹੁਣ ਇਹ ਗੱਲ ਇਹ ਅੱਜ ਹੁਣ ਇਹ ਵੀ ਤੈਅ ਹੋ ਜੂਗਾ, ਬਾਦਲ ਦਾ ਆਪਾਂ ਨੂੰ ਪਤਾ ਹੀ, ਉਹਨੇ ਡਰਾਮਾ ਜਿਹਾ ਰਚ ਲਿਆ ਜਿਹੜਾ ਅਵਾਰਡ ਜਿਹੜਾ ਸਨਮਾਨ ਵਾਪਸ ਕਰਕੇ, ਕੈਪਟਨ ਜਿਹੜਾ ਕਹਿੰਦਾ ਸੀ ਮੈਂ ਤੁਹਾਡੇ ਹੱਕ 'ਚ ਕਾਨੂੰਨ ਬਣਾ ਤੇ ਆ ਅਤੇ ਮੈਂ ਤੁਹਾਡੇ ਨਾਲ ਖੜਾ, ਮੈਂ ਕਿਸਾਨਾਂ ਨੂੰ ਹਰਨ ਨਹੀਂ ਦਊਂਗਾ, ਅੱਜ ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਉਹਨੂੰ ਪਤਾ ਲੱਗ ਜੂਗਾ ਵੀ ਉਹਦੇ ਵੀ ਤਲਾਂ 'ਚ ਕਿੰਨਾ ਕੁ ਤੇਲ ਆ, ਉਹਦੀਆਂ ਲੱਤਾਂ ਕਿੰਨੀਆਂ ਕੁ ਭਾਰ ਝੱਲਦੀਆਂ ਨੇ, ਕੀ ਉਹ ਬਿਆਨ ਦਿੰਦਾ ਆ ਕੇ ਅੱਜ ਨਾਲ ਨਾਲ ਇਹ ਪ੍ਰਾਪੇਗੰਡਾ ਇਹ ਵੀ ਕਰ ਰਹੇ ਨੇ। ਅੱਜ ਅਮਿਤ ਸ਼ਾਹ ਦਾ ਬਿਆਨ ਸਾਰਿਆਂ ਨੇ ਤੁਸੀਂ ਸੁਣ ਲਿਆ ਹੋਣਾ, ਪੜ੍ਹ ਲਿਆ ਹੋਣਾ, ਜਿੰਨੇ ਡੀ ਜੀ ਨੇ ਸੂਬਿਆਂ ਦੇ ਉਹਨਾਂ ਨੂੰ ਹਦਾਇਤਾਂ ਹੋਈਆਂ ਨੇ ਕਿ ਦੇਸ਼ ਦੇ ਵਿੱਚ ਅੰਦਰੂਨੀ ਕੋਈ ਗੜਬੜ ਹੋ ਸਕਦੀ ਆ, ਸੋ ਇਸ ਤਰ੍ਹਾਂ ਦਾ ਜਾਣ ਬੁੱਝ ਕੇ ਇਹੋ ਜਿਹੇ ਬਿਆਨ ਦੇਣੇ, ਇਹ ਇੱਕ ਤਰ੍ਹਾਂ ਦਾ ਘਬਰਾਹਟ ਪੈਦਾ ਕਰਨ ਦੀ ਹੜਬੜਾਹਟ ਜਿਹੜੀ ਹੁੰਦੀ ਆ, ਹੌਸਲਾ ਤੋੜਨ ਦੀਆਂ ਗੱਲਾਂ, ਉਹੋ ਜਿਹਾ ਮਾਹੌਲ ਜਾਣ ਬੁੱਝ ਕੇ ਇਹ ਕਰਨਗੇ। ਇਹਨਾਂ ਦਾ ਗੋਦੀ ਮੀਡੀਆ ਵੀ ਲੱਗਿਆ ਹੋਇਆ, ਗੱਲ ਕਰ ਗੋਦੀ ਮੀਡੀਆ ਨੂੰ, ਅੱਜ ਇੱਕ ਹੋਰ ਰੰਧਾਵੇ ਕਮਾਲ ਦੀ ਗੱਲ ਹੋਈ ਬਈ ਸੁੱਖ, ਇੱਕ ਰਾਜਸਥਾਨ ਤੋਂ ਚੱਲਿਆ ਆਇਆ ਆਇਆ ਕਾਫਲਾ ਵੱਡਾ, ਅੱਛਾ, ਉਹ ਕਹਿੰਦਾ ਅਸੀਂ ਤਾਂ ਚੱਲ ਕੇ ਆਏ ਉਧਰ ਲਾਹੋ ਰਾਜਸਥਾਨੀ, ਜਾ ਕੀ ਕਹਿੰਦੇ ਰਾਜਸਥਾਨੀਆਂ ਨੂੰ, ਉਧਰਲਾ ਬੰਦਾ ਰਾਜਸਥਾਨ ਦਾ ਹੀ, ਬਾਗੜੀ ਜਾਂ ਕੋਈ ਮਾਰਵਾੜੀ ਮਾਰਵਾੜੀ ਜਾਂ ਕਿਹੜਾ, ਹਾਂ, ਉਹ ਕਹਿੰਦਾ ਬਈ ਕਹਿੰਦਾ ਇਹ ਸਾਡੇ ਭਰਾਵਾਂ ਨੂੰ ਕਹਿ ਰਹੇ ਨੇ ਇੱਥੇ ਅੱਤਵਾਦੀ ਆ ਗਏ, ਅਸੀਂ ਇੱਥੇ ਪਾਕਿਸਤਾਨੀ ਆ ਗਏ, ਇੱਥੇ ਖਾਲਿਸਤਾਨੀ ਆ ਗਏ, ਇੱਥੇ ਆ ਗਏ, ਕਹਿੰਦਾ ਜੇ ਹੱਕ ਮੰਗਣ ਦੀ ਗੱਲ ਤੁਸੀਂ ਕਰਦੇ ਹੋ, ਉਹਨੇ ਗੱਲ ਬੜੀ ਠੋਕ ਕੇ ਕੀ ਸਵਾਦ ਆ ਗਿਆ, ਕਹਿੰਦਾ ਜੇ ਤੁਸੀਂ ਹੱਕ ਮੰਗਣ ਦੀ ਗੱਲ ਕਰਦੇ ਹੋ, ਹਾਂ ਅਸੀਂ ਹੱਕ ਮੰਗਦੇ ਹਾਂ, ਤੁਸੀਂ ਖਾਲਿਸਤਾਨੀ ਕਹਿੰਦੇ ਹੋ, ਅੱਤਵਾਦੀ ਕਹਿੰਦੇ ਹੋ, ਪਾਕਿਸਤਾਨੀ ਕਹਿੰਦੇ ਹੋ, ਹਾਂ ਅਸੀਂ ਹੱਕ ਮੰਗਦੇ, ਅਸੀਂ ਖਾਲਿਸਤਾਨੀ ਵੀ, ਅਸੀਂ ਅੱਤਵਾਦੀ ਵੀ, ਅਸੀਂ ਪਾਕਿਸਤਾਨੀ ਵੀ, ਬਹੁਤ ਵਧੀਆ ਬਈ। ਜਦੋਂ ਐਂ ਹਮਾਇਤ ਰਾਜਸਥਾਨ ਮਹਾਰਾਸ਼ਟਰ ਮੱਧ ਪ੍ਰਦੇਸ਼ ਦੇ ਹਰਿਆਣੇ ਦੇ ਲੋਕਾਂ ਤੋਂ ਮਿਲਣ ਲੱਗ ਜੇ, ਦੂਜੇ ਲੋਕਾਂ ਤੋਂ ਹਮਾਇਤ ਮਿਲਣ ਲੱਗ ਜੇ, ਤਾਂ ਫਿਰ ਸਮਝੋ ਘੋਲ ਜਿੱਤਿਆ ਪਿਆ ਹੁੰਦਾ। ਇਹਨਾਂ ਨੇ ਬਾਈ ਇਹਨਾਂ ਨੇ ਬਹੁਤ ਤਾਰ ਪਿੰਡੋ ਇਸ ਗੱਲੋਂ ਕੋੜਨ ਦੀ ਕੋਸ਼ਿਸ਼ ਕੀਤੀ ਵੀ ਇਕੱਲੇ ਪੰਜਾਬ ਦਾ ਘੋਲ ਹੈ, ਉਹ ਬਿੱਟੂ ਉਹ ਜਿਹੜਾ ਉਹ ਗੱਲ ਹੀ ਉਹਦੀ ਕੀ ਕਰਨੀ ਆ ਸੜੇ ਹੋਏ ਬੰਦੇ ਦੀ, ਉਹ ਇੱਥੇ ਜੀ ਕੇਸ ਦੀ ਦਸਤਾਰਾਂ ਬੰਨ ਕੇ ਜੀ ਇੱਥੇ ਖਾਲਿਸਤਾਨੀ ਆ ਵੜੇ ਜੀ, ਇਹ ਹਾਈਜੈਕ ਕਰ ਲਿਆ ਜੀ ਘੋਲ, ਉਹਨੂੰ ਉਸ ਮੈਂ ਹੁਣ ਕੀ ਸ਼ਬਦ ਵਰਤਾਂ ਉਸ ਬੰਦੇ ਲਈ ਯਾਰ, ਅਸੀਂ ਆਪਦੀ ਜਵਾਨ ਨਹੀਂ ਗੰਦੀ ਕਰਨਾ ਚਾਹੁੰਦੇ ਇਸ ਇਹੋ ਜਿਹੇ ਬੰਦੇ ਬਾਰੇ ਬੋਲ ਕੇ, ਉਹੋ ਜਿਹੇ ਬੰਦਿਆਂ ਦਾ ਥੱਲੇ ਲੋਕ ਹੀ ਵੈਸੇ ਬਹੁਤ ਖੰਡ ਪਾ ਦਿੰਦੇ ਆ, ਪਰ ਇਹ ਗੱਲਾਂ ਇਹ ਸਾਰੇ ਹੁਣ ਇਸ ਪ੍ਰਾਪੇ ਗੰਡੇ 'ਤੇ ਆ ਪਛਾਣ ਲਿਓ ਹੁਣ, ਆ ਜਿਹੜੇ ਕਹਿੰਦੇ ਆ ਕਿ ਅੱਜ ਦਿੱਲੀ ਦੀ ਹਿੱਕ 'ਤੇ ਚੜ੍ਹ ਕੇ ਪੰਜਾਬ ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਅੱਜ ਆਪਣੇ ਹੱਕ ਲੈਣ ਲਈ, ਆਪਣੇ ਹਕੂਕਾਂ ਲਈ, ਆਪਣੇ ਵਜੂਦ ਨੂੰ ਬਚਾਉਣ ਲਈ ਐਂ ਡਟਿਆ ਖੜਾ ਚਤਾਣ ਵਾਂਗ, ਅਤੇ ਜਿਹੜੇ ਬੰਦੇ ਅੱਜ ਪੰਜਾਬ 'ਚ ਬੈਠੇ ਵੀ ਜਿਹੜੇ ਸਿਆਸੀ ਬੰਦੇ ਨੇ, ਚਾਹੇ ਉਹ ਬਾਦਲ ਹੋਣ ਬਾਦਲਾਂ ਦੇ ਹੋਣ ਅਤੇ ਚਾਹੇ ਆ ਦੂਜਿਆਂ ਦੇ, ਕੋਈ ਪ੍ਰਧਾਨਗੀਆਂ ਵੰਡੀ ਜਾਂਦਾ, ਕੁਛ ਵੰਡੀ ਜਾਂਦਾ, ਭਾਈ ਰਾਜਸਥਾਨ ਦਾ ਸ਼ਲੋਕ ਸਟੈਂਡ ਵਿਦ ਪੰਜਾਬੀ ਵੀ ਹਰ ਵਕਤ ਪੰਜਾਬੀਆਂ ਨਾਲ ਖੜੇ ਹੈਗੇ, ਇਹ ਹੁੰਦੀ ਆ, ਇਹ ਹੁੰਦਾ ਜਿੱਤ ਦਾ ਜਿਹੜਾ ਸ਼ੁਰੂਆਤ ਹੋ ਚੁੱਕੀ ਆ ਆਪਣੇ ਸੰਘਰਸ਼ ਦੀ।
ਤੇ ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਹੁਣ ਤੁਸੀਂ ਪਛਾਣ ਲੈਣਾ ਪੰਜਾਬ ਵਾਲਿਓ ਹਰਿਆਣੇ ਵਾਲਿਓ ਜਿਹੜੇ ਅੱਜ ਇਸ ਘੋਲ ਦੇ ਖਿਲਾਫ ਤਰ੍ਹਾਂ ਤਰ੍ਹਾਂ ਦੇ ਆਪਦੀਆਂ ਰੋਟੀਆਂ ਸੇਕਣ ਦੇ ਲੱਗਿਆ ਬਿਆਨਬਾਜ਼ੀਆਂ ਕਰਕੇ ਉਹਨਾਂ ਤੋਂ ਵੀ ਅਸੀਂ ਸੁਚੇਤ ਰਹਿਣਾ ਅੰਗਰੇਜ਼ ਕਰਨੀ ਬਈ ਇੱਕ ਕਮੈਂਟ ਆਈ ਨਾ ਵੀ ਇਹ ਸਰਕਾਰੀ ਖਰੀਦ ਇੱਕ ਨਿੱਕਾ ਸਵਾਲ ਬੰਦੇ ਦਾ ਹੋਣੇ ਆਇਆ ਕਿ ਜਿਹੜੇ ਉੱਥੋਂ ਟਰਾਲੀਆਂ ਲੈ ਕੇ ਆਉਂਦੇ ਸਾਈਡ ਤੇ ਰੋਕ ਕਰਨ ਕੇ ਬਹੁਤ ਵੱਡੇ ਐਕਸੀਡੈਂਟ ਹੁੰਦੇ ਆ ਕਿ ਸਾਈਡ ਤੇ ਮਾੜਾ ਕੋ ਹਾਂ ਐਕਸੀਡੈਂਟ ਬੜੇ ਡੈਥ ਹੋ ਗਈ ਉਹਦੇ ਬਾਰੇ ਧਿਆਨ ਨਾਲ ਆਉਣਾ ਕੱਲੀ ਸਰਕਾਰੀ ਖਰੀਦ ਬਾਰੇ ਕਮੈਂਟ ਆ ਬਈ ਨਾਲ ਆਇਆ ਕਰੋ ਆਪਣੇ ਇੱਕ ਮੁੰਡਾ ਵਿਚਾਰਾ ਰਾਤ ਜਿਹੜਾ ਉਹਦੇ ਐਕਸੀਡੈਂਟ ਨਾਲ ਮੌਤ ਹੋਈ ਆ ਤੂੰ ਕਿਹੜੀ ਕਹਿੰਦਾ ਸੀ ਕਮੈਂਟ ਆਇਆ ਵੀ ਸਰਕਾਰੀ ਖਰੀਦ ਜੇ ਕੱਲੀ ਦਿੰਦੇ ਫਿਰ ਆਪਾਂ ਮੰਨ ਜਾਾਂਗੇ ਐ ਕਮੈਂਟ ਲੱਖੇ ਬਾਈ ਤੋਂ ਪੁੱਛੋ ਤਿੰਨੇ ਮਾਂ ਤਿੰਨੇ ਕਮੁੰਡਾ ਦੋਨੇ ਵੀ ਪੁੱਛੇ ਕਮੈਂਟ ਆ ਐ ਕਾਟਾ ਨਹੀਂ ਵੱਜਦਾ ਉਹ ਵੀ ਸੰਸਦ ਦੇ ਵਿੱਚ ਇਹ ਬੁਲਾਉਣ ਹਾਂ ਉੱਥੇ ਬੁਲਾ ਕੇ ਸੰਸਦ ਬੁਲਾ ਕੇ ਉੱਥੇ ਕਾਨੂੰਨ ਨੂੰ ਰੱਦ ਕਰਨ ਵੀ ਆਹ ਲਓ ਜੀ ਆਹ ਕਾਨੂੰਨ ਰੱਦ ਹੈ ਇੱਕ ਇੱਕ MLA ਕੱਲ ਸਾਨੂੰ ਮਿਲਿਆ ਗਾ BJP ਦਾ ਹਰਿਆਣੇ ਦਾ ਉਹ ਅਸਤੀਫਾ ਦੇ ਗਿਆ ਉਹ ਕਹਿੰਦਾ ਥੋੜੇ ਦਿਨਾਂ 'ਚ ਸਰਕਾਰ ਵੀ ਡਿੱਗ ਸਕਦੀ ਆ ਖੱਟਰ ਦੀ ਉਹਦੇ ਬਾਰੇ ਕੀ ਆ ਹਰਿਆਣੇ ਦੀਆਂ ਜਿੰਨੀਆਂ ਆਹ ਹੈਗੀਆਂ ਖਾਪ ਪੰਚਾਇਤਾਂ ਨੇ ਹਰਿਆਣੇ ਦੇ ਜਿਹੜੇ ਉਹਨਾਂ ਨੇ ਵੀ ਐਲਾਨ ਕੀਤਾ ਵੀ ਅਸੀਂ ਪਿੰਡੋ ਪਿੰਡੀ ਜਾ ਕੇ ਪ੍ਰਚਾਰ ਕਰਾਂਗੇ ਵੀ ਜਿਹੜਾ ਅੱਜ MLA ਬਣਿਆ ਹੋਇਆ ਤੇ MP ਬਣਿਆ ਹੋਇਆ ਜੇ ਅੱਜ ਨਹੀਂ ਕਿਸਾਨਾਂ ਨਾਲ ਖੜੂਗਾ ਤਾਂ ਅਸੀਂ ਉਹਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਇਹੀ ਐਲਾਨ ਅੱਜ ਪੰਜਾਬ ਦੇ ਵਿੱਚ ਯਾਰ ਲੀਡਰ ਕੀ ਹੁੰਦਾ ਬਾਈ ਲੀਡਰ ਕੀ ਹੁੰਦਾ ਆਪਾਂ ਕਹਿੰਦੇ ਲੀਡ ਕਰਨੀ ਅਗਵਾਈ ਕਰਨੀ ਹੈ ਨਾ ਨਹੀਂ ਉਹਦਾ ਨਜ਼ਰ ਤਾਂ ਪ੍ਰਮੋਟ ਹੋਊਗਾ ਅਗਵਾਈ ਦੀ ਗੱਲ ਆਪਣੇ ਆਪ ਨੂੰ ਆਗੂ ਕਹਾਉਂਦੇ ਆ ਜਦੋਂ ਕੁਰਸੀਆਂ ਲੈਣੀਆਂ ਨੇ ਵਜ਼ੀਰੀਆਂ ਲੈਣੀਆਂ ਨੇ ਨਜ਼ਾਰੇ ਲੈਣੇ ਨੇ ਉਦੋਂ ਤੁਸੀਂ ਆਗੂ ਹੁੰਦੇ ਆ ਅੱਜ ਜੇ ਲੋਕਾਂ ਨੂੰ ਹੱਕ ਦਵਾਉਣੇ ਆ ਅੱਜ ਉਹ ਆਗੂ ਕਿੱਥੇ ਨੇ ਮੈਂ ਅੱਜ ਇੱਥੋਂ ਮੈਂ ਉਦਾਂ ਹੀ ਬੋਲਿਆ ਸੀਗਾ ਗੁਰਜੀਤ ਔਜਲਾ ਆਇਆ ਗੁਰਜੀਤ ਔਜਲੇ ਦੇ ਮਗਰ ਮੁੰਡਿਆਂ ਨੇ ਉਹਨੂੰ ਪੈ ਕੇ ਉਹਨੂੰ ਦਬਲਿਆ ਉਹ ਗਲਤ ਆ ਕੋਈ ਵੀ ਆਗੂ ਆਉਂਦਾ ਇੱਥੇ ਆ ਕੇ ਮੈਂ ਕਹਿੰਦਾ ਜਿੰਨੇ 117 ਦੇ 117 MLA ਜਿੰਨੇ 13 ਦੇ 13 MP ਉਹਦੇ ਵਿੱਚੋਂ BJP ਵਾਲੇ ਕੱਢ ਲਓ MLA ਦੇ MPਾਂ ਦੇ ਵਿੱਚੋਂ ਬਾਕੀਆਂ ਨੂੰ ਕੀ ਸੱਪ ਸਮਝਦੇ ਆ ਬਈ ਉੱਥੋਂ ਬੈਠੇ ਤੁਸੀਂ ਪੰਜਾਬ 'ਚੋਂ ਬਿਆਨ ਦਾਗੀ ਜਾਂਦੇ ਹੋ ਅਸੀਂ ਕਿਸਾਨਾਂ ਦੇ ਨਾਲ ਹਾਂ ਅਸੀਂ ਕਿਸਾਨਾਂ ਦੇ ਨਾਲ ਹੈ ਗੱਲਾਂ 'ਚ ਨਾਲ ਹੋ ਇੱਥੇ ਆ ਕੇ ਬੈਠੋ ਪਤਾ ਲੱਗੇ ਦਿਨ ਰਾਤ ਉੱਥੇ ਮੂਹਰੇ ਆ ਕੇ ਤੁਸੀਂ ਬੈਠੋ ਜਮ੍ਹਾਂ ਜਿੱਥੇ ਤਾਰਾਂ ਲੱਗੀਆਂ ਉੱਥੇ ਜਾ ਕੇ ਬੈਠੋ ਤੁਸੀਂ ਉੱਥੇ ਬਿਆਨ ਦਿਓ ਵੀ ਹਾਂ ਉਹ ਸਾਡੇ ਮਾਰੋ ਗੋਲੀ ਆ ਕੇ ਜਿਹਨੇ ਮਾਰਨੀ ਹੈ ਅੱਜ ਲੋੜ ਆ ਸਾਨੂੰ ਇਹ ਹੁੰਦੀ ਆ ਲੀਡ ਕਰਨਾ ਅਗਵਾਈ ਕਰਨਾ ਆਗੂ ਜਿਹੜੇ ਹੁੰਦੇ ਨੇ ਜਿੰਨੀਆਂ ਕੌਮਾਂ ਦੇ ਆਗੂ ਜਰਨੈਲ ਹੁੰਦੇ ਨੇ ਉਹ ਜਰਨੈਲ ਅੱਗੇ ਲੱਗ ਜਾਂਦੇ ਨਾ ਕੇ ਬੈਠੇ ਪਿੱਛੇ ਬਿਆਨ ਦਾਗੀ ਜਾਣ ਅੱਜ ਬਿਆਨ ਬੂਨ ਦਾਗਣ ਵਾਲਾ ਤੁਹਾਡਾ ਸਮਾਂ ਨਹੀਂ ਹੈਗਾ ਆ ਜਾਓ ਤੁਸੀਂ ਇੱਥੇ ਆ ਕੇ ਬੈਠੋ ਕੇਜਰੀਵਾਲ ਬਾਰੇ ਦੱਸਿਆ ਕਹਿੰਦਾ ਵੀ ਛੋਟੇ ਮੁਲਾਜ਼ਮਾਂ ਨੂੰ ਦਿੱਲੀ ਗਏ ਕਿਸਾਨਾਂ ਦੀ ਰਿਪੋਰਟ ਕਰਨ ਲਈ ਸਰਕਾਰੀ ਫਰਮਾਨ ਜਾਰੀ ਕਰ ਦਿੱਤਾ ਹੈ ਇਸ ਬਾਰੇ ਵੀ ਦੱਸ ਦਿਓ ਕਹਿੰਦਾ ਕਹਿਦਾ ਕੁਝ ਕਰਨਗੇ ਸੁੱਖ ਮੁਕੱਦਮੇ ਵੀ ਦਰਜ ਕਰਨਗੇ ਪੂਰਾ ਪੜਤਾਲ ਕਰਦੇ ਫਿਰਦੇ ਆ ਇਹਨਾਂ ਦਾ ਸਾਰਾ ਪੂਰਾ ਇਕੱਠਾ ਕਰਦੇ ਫਿਰਦੇ ਆ ਸਾਰਾ ਹਿਸਾਬ ਕੁਛ ਨਹੀਂ ਹੁੰਦਾ ਯਾਰ ਕਰੀ ਜਾਣ ਦੇ ਇਹ ਤੋਂ ਡਰਨਾ ਰੁਣਨਾ ਨਹੀਂ ਹੈਗਾ ਮੈਂ ਫਿਰ ਕਹਿੰਦਾ ਕੋਈ ਗੱਲ ਨਹੀਂ ਕਰਨ ਦੇ ਜਿਹੜਾ ਰਿਕਾਰਡ ਰਿਕੂਡ ਇਕੱਠਾ ਕਰਦੇ ਆ ਕਰ ਲਓ ਕੀ ਕਰਨਾ ਉਹ ਯਾਰ ਅਸੀਂ ਤੁਸੀਂ ਰਿਕਾਰਡਾਂ ਦੀ ਗੱਲ ਕਰ ਰਹੇ ਹੋ ਤੁਹਾਨੂੰ ਮਾਰ ਹੀ ਦੇਣਾ ਜੇ ਸਾਡੀਆਂ ਜ਼ਮੀਨਾਂ ਖੋਹੀਆਂ ਗਈਆਂ ਸਾਡਾ ਪੰਜਾਬ ਦੀ ਤੁਸੀਂ ਨਸਲ ਕੁਸ਼ੀ ਕਰਨ ਦੇ ਤੁਰੇ ਹੋਏ ਆ ਸਾਡੀ ਨਸਲ ਘਾਤਨੇ ਫਿਰ ਕਿਹੜਾ ਹੀ ਬਚਾਂਗੇ ਗੱਲ ਅੱਜ ਇਕੱਲੇ ਪਰਚਿਆਂ ਦੀ ਆ ਗਈ ਕਿ ਪਰਚੇ ਨਾ ਦੇ ਦੇਣ ਅੰਦਰ ਨਾ ਭੇਜ ਦੇਣ ਐਂ ਨਾ ਕਰ ਦੇਣ ਡਾਂਗਾਂ ਨਾ ਮਾਰਨ ਗੋਲੀ ਉਹ ਫਿਰ ਕਿਹੜਾ ਹੀ ਬਚਾਂਗੇ ਮਾਰ ਤਾਂ ਇਹਨੇ ਬਹਿ ਸਾਨੂੰ ਦੇਣਾ ਤੇ ਉਹ ਲੜਕੀ ਮਰ ਗਏ ਕਿਉਂ ਅਸੀਂ ਐਂ ਘਰੇ ਬਹਿ ਕੇ ਕਿਉਂ ਮਰ ਗਏ ਸਹੀ ਹੈ ਇਹ ਕੇਜਰੀਵਾਲ ਬਾਰੇ ਸਵਾਲ ਆ ਜਾਂਦਾ ਵੀ ਉਹ ਕਿਵੇਂ ਮਦਦ ਕਰ ਰਿਹਾ ਤੁਹਾਡੀ ਦਿੱਲੀ 'ਚ ਯਾਰ ਕੇਜਰੀਵਾਲ ਬਾਰੇ ਨਾ ਇੱਕ ਮੈਨੂੰ ਉਹ ਪੱਕਾ ਨਹੀਂ ਹਾਲੇ ਸਪਸ਼ਟ ਹੈਗਾ ਰੰਧਾਵੇ ਮੈਂ ਉਹ ਜਿਹੜਾ ਉਹ ਕਹਿੰਦੇ ਇੱਕ ਕਾਨੂੰਨ ਉਹਨਾਂ ਨੇ ਮੰਨ ਲਿਆ ਉਹ ਹੈਗੀ ਗੱਲਬਾਤ ਪਤਾ ਤੁਹਾਨੂੰ ਕੁਝ ਨਹੀਂ ਵਿੱਚ ਵਿਚਾਲੀ ਆ ਕਲੀਅਰ ਨਹੀਂ ਉਹਦੇ ਬਾਰੇ ਨਹੀਂ ਬਈ ਕਲੀਅਰ ਪੋਸਟਾਂ ਸਫਾਈਆਂ ਚੈਨਲ ਦੇ ਕਲੀਅਰ ਨਹੀਂ ਮੈਂ ਹਾਂ ਉਹਦੇ ਬਾਰੇ ਨਹੀਂ ਪਤਾ ਲੈ ਵੀ ਕੀ ਗੱਲਬਾਤ ਆ ਵੀ ਉਹ ਉਹਨੂੰ ਇੱਥੇ ਆਉਣਾ ਚਾਹੀਦਾ ਧਰਨੇ 'ਚ ਜਾਂ ਉਹ ਚਾਹੀਦਾ ਮੈਂ ਤਾਂ ਯਾਰ ਉਹੀ ਗੱਲ ਕਰ ਹਰ ਇੱਕ ਲੀਡਰ ਆਵੇ ਮੈਂ ਕਹਿੰਦਾ ਹਰ ਇੱਕ ਲੀਡਰ ਆਵੇ ਚਾਹੇ ਨਾ 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 ਹਟ ਗਏ ਹਟ ਗਏ ਹਟ ਗਏ ਬਈ ਉਹ ਪਹਿਲੇ ਉਹ ਮੇਰੀ ਵੀ ਗੱਲ ਸੁਣ ਕੇ ਸਵਾਲ ਹੈਲੋ ਜਿਹੜਾ ਵੀ ਲੀਡਰ ਕਹਿੰਦਾ ਉਹ ਚਾਹੇ ਬਾਦਲਾਂ ਦਾ ਚਾਹੇ ਕਾਂਗਰਸ ਦਾ ਤੇ ਚਾਹੇ ਝਾੜੂ ਦਾ ਤੇ ਚਾਹੇ ਹੋਰ ਪਾਰਟੀਆਂ ਦਾ ਜਿਹੜਾ ਵੀ ਲੀਡਰ ਅੱਜ ਕਹਿੰਦਾ ਕਿ ਮੈਂ ਉੱਥੇ ਆਉਣਾ ਚਾਹੁੰਦਾ ਮੈਂ ਵਿੱਚ ਬੈਠੂੰਗਾ ਅੰਦੋਲਨ ਚਾਹੇ ਮਹੀਨਾ ਚੱਲੇ ਚਾਹੇ ਦੋ ਮਹੀਨੇ ਚੱਲੇ ਜਿੰਨਾ ਚਿਰ ਮਰਜ਼ੀ ਚੱਲੇ ਮੈਂ ਨਹੀਂ ਉੱਥੋਂ ਹਿੱਲੂੰਗਾ ਲੈ ਇੱਥੇ ਆ ਕੇ ਬਹਿ ਜੇ ਸਾਡੇ ਨਾਲ ਸੰਪਰਕ ਕਰ ਲਓ ਜੇ ਤੁਹਾਨੂੰ ਕੋਈ ਉਹ ਇਹ ਕਹੇਗਾ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ ਬਸ ਠੀਕ ਆ ਬਈ ਆਉਣ ਆਉਣਗੇ ਯਾਰ ਨਹੀਂ ਬੈਠੋ ਨਾ ਪੱਕੇ ਲੋਕਾਂ ਨੂੰ ਬੈਠੋ ਆ ਕੇ ਬੋਲਣ ਹਾਂ ਸਟੇਜ ਤੋਂ ਹੀ ਕਿਸੇ ਨੇ ਬੋਲਣ ਦੇਣਾ ਉਹ ਜਥੇਬੰਦੀਆਂ ਦਾ ਬਕਾਇਦਾ ਤੌਰ ਤੇ ਐਲਾਨ ਹੈ
ਵੀ ਕੋਈ ਵੀ ਸਿਆਸੀ ਬੰਦਾ ਸਟੇਜ ਤੋਂ ਨਹੀਂ ਬੋਲੂਗਾ ਬੈਠਾ ਬਹਿਣਾ ਕੀ ਨੇ ਇੱਥੇ ਆ ਕੇ ਆਉਂਦੇ ਵੀ ਹੈ ਤਾਂ ਮਾੜਾ ਮੋਟਾ ਅੱਧਾ ਘੰਟਾ ਲਾ ਕੇ ਦੋ ਫੋਟੋਆਂ ਕਰਾ ਕੇ ਵੀ ਹਾਂ ਕਿਸਾਨਾਂ ਨਾਲ ਬੈਠੇ ਕਿਸਾਨਾਂ ਨਾਲ ਬੈਠੇ ਐ ਨਹੀਂ ਇੱਥੇ ਦਿਨ ਰਾਤ ਸਾਨੂੰ ਹਾਇਰ ਚਾਹੀਦੀਆਂ ਚੌਵੀ ਚੌਵੀ ਬਾਰਾਂ ਬਾਰਾਂ ਘੰਟਿਆਂ ਬਾਅਦ ਤੁਹਾਡੀ ਰਿਪੋਰਟ ਕਰਾ ਕਰਾਂਗੇ ਹਾਰੀ ਲਾ ਕੇ ਤੁਹਾਡੀ ਹਾਰੀ ਲਾ ਕਰਾ ਕੇ ਬਾਰਾਂ ਬਾਰਾਂ ਘੰਟੇ ਬਾਅਦ ਬੈਠੇ ਆ ਬਈ ਇਹ ਸੜਕਾਂ ਤੇ ਨਹੀਂ ਪਏ ਬਾਈ ਜੀ ਰਹਿਣ ਦੇ ਬੰਦੋਬਸਤ ਕਰ ਦਿੱਤੇ ਪਾਸੇ ਮੈਨੂੰ ਪਤਾ ਨਹੀਂ ਮੈਨੂੰ ਆਹ ਸਵਾਲ ਪੁੱਛਣਾ ਚਾਹੀਦਾ ਜਾਂ ਨਹੀਂ 1800 ਬੰਦਾ ਮੇਰੇ ਪੇਜ ਤੇ ਬੈਠਾ ਇੱਕੋ ਹੀ ਗੱਲ ਬਾਰ ਬਾਰ ਕਰ ਰਹੇ ਆ ਯਾਰ ਲੱਖਾਂ ਹਰ ਵਾਰੀ ਹੋ ਜਾਂਦਾ ਦੀਪ ਕਿੱਥੇ ਆ ਬਸ ਐਂ ਕਹਿਣ ਦੇ ਆ ਬਾਈ ਨਾਲ ਆ ਸਾਰੇ ਮੈਂ ਦੀਪ ਦੀਪ ਬਾਰੇ ਪਿੱਛੇ ਸੀ ਅੱਜ ਵੀ ਦੀਪ ਆ ਜਿੱਥੇ ਆ ਬਾਈ ਭਰਾ ਸਾਡੇ ਸਾਰੇ ਯਾਰ ਹਨਾ ਬਸ ਬੁਲਾਉਂਦਾ ਬੁਲਾਉਂਦਾ ਦੀਪ ਸਿੱਧੂ ਬਾਰੇ ਬਾਲੇ ਹਾਂ ਬਾਲੇ ਸਵਾਲ ਆਏ ਬਾਲੇ ਸਵਾਲ ਪੁੱਛਿਆ ਦੀਪ ਵੀ ਆਪਣਾ ਭਰਾ ਸ਼ਿੰਗਾਰਸ਼ ਦੇ ਵਿੱਚ ਵੀ ਨਾਲ ਆ ਕੋਈ ਗੱਲ ਨਹੀਂ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਨਾ ਅੱਜ ਕਰਨ ਦਾ ਵੀਰੇ ਵਕਤ ਨਹੀਂ ਹੈਗਾ ਅੱਜ ਦਾ ਕੋਈ ਵੀ ਗੱਲ ਅਸੀਂ ਇਹੋ ਜਿਹੀ ਨਹੀਂ ਕਰਨੀ ਚਾਹੁੰਦੇ ਜਿਹਦੇ ਨਾਲ ਕੋਈ ਅਗਲੇ ਨੂੰ ਬਿਲਡ ਮਿਲੇ ਸਰਕਾਰਾਂ ਨੂੰ ਕੋਈ ਉਹਨਾਂ ਨੂੰ ਮਾਹੌਲ ਇਹੋ ਜਿਹਾ ਬਣਾਉਣ ਦਾ ਮੌਕਾ ਮਿਲ ਜੇ ਕਿ ਤਾਂ ਉਸ ਮੈਂ ਹੋ ਗਿਆ ਪਾਟ ਕੇ ਕੋਈ ਚੱਕਰ ਨਹੀਂ ਮੈਂ ਹੁਣੇ ਕਹਿ ਰਿਹਾ ਸਾਰੇ ਨਾਲ ਆ ਬਾਈ ਇੱਕ ਬੰਦਾ ਫੋਨ ਤੇ ਕਹਿੰਦਾ ਅਸੀਂ ਮਜ਼ਦੂਰ ਪੰਜਾਬ ਦੀ ਯੂਨੀਅਨ ਦਾ ਉਹ ਪ੍ਰਧਾਨ ਆ ਵੀ ਅਸੀਂ ਸਾਰੇ ਮਜ਼ਦੂਰ ਰੈਡੀ ਆ ਫੋਨ ਤੇ ਲਾਈਨ ਤੇ ਆਓ ਵੀ ਕਿਸਾਨ ਵੀਰਾਂ ਨੂੰ ਅਪੀਲ ਕਰ ਦੋ ਵੀ ਟਰਾਲੀਆਂ ਦੇਣ ਸਾਨੂੰ ਆ ਕਰਿਓ ਜੀ ਗੱਲ ਅੱਖੇ ਬਾਈ ਨਾ ਕਰਿਓ ਹਾਂ ਬਾਈ ਹਾਂ ਲੈ ਸੁਣਿਓ ਹੁਣ ਸੁਣਿਓ ਆ ਗੱਲ ਬੜੀ ਮਾਤਰ ਗੱਲ ਖੜੀ ਹੋਈ ਟਰਾਲੀਆਂ ਕਹਿੰਦਾ ਹਾਂਜੀ ਬਾਈ ਜੀ ਹਾਂ ਹਾਂ ਬਾਈ ਲੱਖਾ ਬੋਲਦਾ ਜੀ ਠੀਕ ਆ ਬਾਈ ਤੁਸੀਂ ਕਿੱਥੇ ਕਿਹੜੇ ਜ਼ਿਲ੍ਹੇ 'ਚ ਇਕੱਠੇ ਹੋਏ ਹੋ ਮੈਂ ਬਾਈ ਹੁਣੀ ਅਪੀਲ ਕਰਦਾ ਵੀ ਜਿਹੜੇ ਮਜ਼ਦੂਰ ਭਰਾ ਵਿਚਾਰੇ ਕੋਲ ਨਹੀਂ ਆ ਹੁੰਦਾ ਹਨਾ ਮੈਂ ਹੁਣੀ ਅਪੀਲ ਕਰਦਾ ਬਾਈ ਸੋ ਆਪਣੇ ਪੰਜਾਬ ਤੋਂ ਸੀਗੇ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਬੇਨਤੀ ਹੈ ਕਿ ਯਾਰ ਅਸੀਂ ਆਉਣਾ ਚਾਹੁੰਦੇ ਹਾਂ ਪਰ ਆਪਾਂ ਨੂੰ ਪਤਾ ਕਿ ਮਜ਼ਦੂਰ ਜਿਹੜਾ ਬੰਦਾ ਹੈਗਾ ਉਹਦੇ ਕੋਲ ਓਡੀ ਪਹੁੰਚ ਨਹੀਂ ਹੈਗੀ ਦਿੱਲੀ ਤੱਕ ਉਹ ਆ ਸਕੇ ਮੈਂ ਵਾਰ ਵਾਰ ਬੇਨਤੀ ਬਾਹਰਲਿਆਂ ਨੂੰ ਫਿਰ ਕਰਦਾ ਆ ਫਿਰ ਸੁਣ ਲਓ ਯਾਰ ਮਜ਼ਦੂਰ ਪਿੰਡਾਂ 'ਚੋਂ ਆਉਣਾ ਚਾਹੁੰਦੇ ਉਹਨਾਂ ਕੋਲ ਟਰਾਲੀਆਂ ਟਰੈਕਟਰਾਂ ਦਾ ਪ੍ਰਬੰਧ ਨਹੀਂ ਹੈਗਾ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸੱਜਣਾਂ ਨੂੰ ਕਹੋ ਵੀ ਟਰਾਲੀਆਂ ਲੈ ਕੇ ਜਾਓ ਮਜ਼ਦੂਰਾਂ ਨੂੰ ਨਾਲ ਚੜਾਓ ਤੇਲ ਖਾਤਰ ਪੈਸੇ ਤੁਸੀਂ ਭੇਜ ਦਿਓ ਇਹ ਗੱਲ ਕਰਨ ਵਾਲੀ ਜਿਹੜੀ ਕਰਨ ਵਾਲੀ ਹੈ ਤੁਸੀਂ ਤੁਹਾਨੂੰ ਤਾਂ ਕਿ ਕੋਈ ਵਰਗ ਇੱਥੇ ਰਹੇ ਨਾ ਜਿਹੜਾ ਜਿਹੜਾ ਆਉਣਾ ਵੀ ਚਾਹੁੰਦਾ ਪਰ ਉਹਦੀ ਮਜਬੂਰੀ ਆ ਆ ਨਹੀਂ ਸਕਦਾ 12000 ਪਿੰਡ ਇੱਕ ਪਿੰਡ ਜੋ ਕਟਾਣੀ ਦਾ 12 ਟਾਲੀ ਬਣ ਜਾਂਦੀ ਹੈ ਬਿਲਕੁਲ ਬਾਈ ਬਿਲਕੁਲ ਬਿਲਕੁਲ ਸਹੀ ਗੱਲ ਬਾਈ ਹਾਂ 12000 ਸਾਢੇ 12 13000 ਪਿੰਡ ਹੈ 13 ਸਮਥਿੰਗ 12 ਬਣ ਕੇ ਜਦੋਂ ਸਾਰੇ ਮੇਰੇ ਵੀਰ ਸੁਨੇਹਾ ਜਿਹੜੇ ਤੁਸੀਂ ਬੈਂਡਰੀ ਕੋਲੇ ਪਹੁੰਚਾ ਦਿਓ ਸਾਰਿਆਂ ਤੱਕ ਜ਼ਰੂਰੀ ਗੱਲਾਂ ਨੇ ਵਿੱਚ ਇਹਦੇ ਚ ਚਲੋ ਬੱਚਾ ਰਾਤ ਮੈਂ ਖਿੱਚ ਕੇ ਸ਼ੇਅਰ ਕਰ ਦਿਓ ਬਾਈ ਖਿੱਚ ਕੇ ਇਹ ਵੀਡੀਓ 10000 ਸ਼ੇਅਰ ਮਾਰੋ ਤਾਂ ਕਿ ਗੱਲ ਸਾਰਿਆਂ ਕੋਲੇ ਪਹੁੰਚ ਜਾਏ ਆਪਣੀ ਮੈਂ ਕੀ ਕਹਾਂ ਮੈਂ ਤਾਂ ਐਂ ਕਹਿਣਾ ਵੀ ਬਾਈ ਆ ਜਾਓ ਪਿੰਡਾਂ 'ਚ ਤੁਰਿਆ ਹੁਣ ਟਾਈਮ ਆ ਬਾਅਦ 'ਚ ਪਛਤਾਓਗੇ ਹੋਣ ਦੀ ਲੜਾਈ ਖਬਰੋਂ ਸੇ ਜੁੜੇ ਰਹਿਣੇ ਕੇ ਲੀਏ ਬੈਲ ਆਈਕਨ ਦਬਾਏ ਔਰ ਸਬਸਕ੍ਰਾਈਬ ਕਰੇ ਸਿਟੀ ਹੋਮ ਨਿਊਜ਼।